जस टीवी देख रहे हो तुसी, मैं केपी सिंह तुहाड़ा स्वागत करदा। पंजाब दे विच मिशन 2019 दे लई चोण प्रचार पूरी तरह पखिया होया ते इस वक्त मिस्टर सुखपाल सिंह खैरा साडे नाल मौजूद है। खैरा साहब बहुत स्वागत है तुहाडा। हाँ जी, थैंक यू, बहुत शुक्रिया, सारयां नूं फतेह जी। खैरा साहब, किहो जिहा चल रहा चोण प्रचार? वैसे हर कैंडीडेट कहिंदा बहुत अच्छा बहुत अच्छा, पर पहला इल्जाम तुहाडे ते हैगा, मैं नाल इल्जाम भी ला देवां, ਉਹ ਕਹਿੰਦੇ ਵੀ ਪੈਰਾਸ਼ੂਟ ਉਮੀਦਵਾਰ ਆ ਖਹਿਰਾ ਸਾਹਿਬ। ਜੇ ਕੈਪਟਨ ਅਮਰਿੰਦਰ ਸਿੰਘ ਪਟਿਆਲੇ ਤੋਂ ਅੰਮ੍ਰਿਤਸਰ ਲੜ ਲਏ ਉਹ ਫਿਰ ਜ਼ਮੀਨੀ ਉਮੀਦਵਾਰ ਹੈ। ਜੇ ਬਾਦਲ ਸਾਹਿਬ 1997 ਵਿੱਚ ਇਹਨਾਂ ਨੇ ਕਿਲ੍ਹਾ ਰਾਏਪੁਰ ਤੋਂ ਇਲੈਕਸ਼ਨ ਲੜੀ ਸੀ ਉਹ ਜ਼ਮੀਨੀ ਉਮੀਦਵਾਰ ਹੈ। ਜੇ ਸੁਖਬੀਰ ਸਿੰਘ ਬਾਦਲ ਆਪਣੇ ਲੰਬੀ ਤੋਂ ਉੱਠ ਕੇ ਜਲਾਲਾਬਾਦ ਲੜ ਲਏ ਉਹ ਜ਼ਮੀਨੀ ਉਮੀਦਵਾਰ ਹੈ। ਜੇ ਖਹਿਰਾ ਆਣ ਕੇ ਭੁਲੱਥ ਤੋਂ ਬਠਿੰਡਾ ਲੜ ਲਏ ਤਾਂ ਉਹ ਪੈਰਾਸ਼ੂਟ ਹੋ। ਅਤੇ ਜ਼ਮੀਨੀ ਉਮੀਦਵਾਰ ਨੂੰ ਕਿੰਨਾ ਕੁ ਰਿਸਪੋਂਸ ਮਿਲ ਰਿਹਾ? ਬਹੁਤ ਅੱਛਾ, ਵਾਹਿਗੁਰੂ ਦੀ ਕਿਰਪਾ ਨਾਲ ਅਸੀਂ ਆਲਮੋਸਟ 400 ਪਿੰਡ ਮੈਂ ਕਵਰ ਕਰ ਲਏ ਨੇ। ਮਾਈਕਰੋ ਕੈਂਪੇਨ ਹੈ ਮੇਰਾ, 600 ਪਿੰਡ ਆ, 600 ਚੋਂ ਮੈਂ 400 ਕਵਰ ਕਰ ਲਿਆ। ਔਰ ਇਹ ਨਹੀਂ ਗਾ ਕਿ ਮੈਂ ਲੈਕਚਰ ਕੀਤਾ ਇਹਨਾਂ ਵਾਂਗੂ ਗਨਮੈਨ ਅਤੇ ਵੱਡੀਆਂ ਵੱਡੀਆਂ ਸਿਕਿਉਰਟੀ ਵਾਲੇ ਲੈ ਕੇ ਅਤੇ ਲੋਕਾਂ ਨੂੰ ਨੇੜੇ ਵੀ ਨਹੀਂ ਆਉਣ ਦਿੱਤਾ। ਮੈਂ ਲੋਕਾਂ ਦੇ ਵਿੱਚ ਬੈਠ ਕੇ ਉਹਨਾਂ ਨਾਲ ਵਿਚਾਰ ਸਾਂਝੇ ਕਰਕੇ ਉਹਨਾਂ ਦੀ ਸੱਥਾਂ 'ਚ ਗੱਲ ਕਰਕੇ ਉਹਨਾਂ ਦੇ ਵਾਟਰ ਵਰਕਸ ਜਿਹੜੇ ਜ਼ਹਿਰੀਲਾ ਪਾਣੀ ਦੇ ਰਹੇ ਨੇ, ਉਹਨਾਂ ਦੇ ਟੱਠੇ ਹੋਏ ਸਕੂਲ, ਉੱਜੜੇ ਹੋਏ ਛੱਪੜ, ਸਾਰਾ ਕੁਛ ਈਵਨ ਮੀਡੀਆ ਨੂੰ ਵੀ ਦਿਖਾਇਆ ਹੋਇਆ। ਕਈ ਜਗ੍ਹਾ 'ਤੇ ਆਪ ਹੀ ਪੱਤਰਕਾਰ ਬਣ ਕੇ ਲੋਕਾਂ ਤੋਂ ਵਿਊਜ਼ ਲੈ ਕੇ ਤੁਸੀਂ ਦੱਸੋ ਕੈਂਸਰ ਬਾਰੇ ਤੁਹਾਡਾ ਕੀ ਵਿਚਾਰ ਹੈ? ਉਹ ਕਹਿੰਦੇ ਜੀ ਪੀਣ ਵਾਲੇ ਪਾਣੀ ਕਰਕੇ ਕੈਂਸਰ ਹੈ। ਉਹਨਾਂ ਦੇ ਛੱਪੜਾਂ ਬਾਰੇ ਪੁੱਛਿਆ, ਉਹਨਾਂ ਦੀ ਗੰਦਗੀ ਬਾਰੇ ਪੁੱਛਿਆ, ਨਸ਼ਿਆਂ ਬਾਰੇ ਪੁੱਛਿਆ। ਜਦੋਂ ਲੋਕ ਬੋਲਦੇ ਨੇ ਉਹਦਾ ਇਫੈਕਟ ਜ਼ਿਆਦਾ। ਜੇ ਮੈਂ ਬੋਲੂੰਗਾ ਉਹਨਾਂ ਨੇ ਕਹਿਣਾ ਜੀ ਤਾਂ ਸਾਡਾ ਵਿਰੋਧੀ ਹੈਗਾ ਹੀ ਹੈਗਾ। ਸੋ ਮੈਂ ਲੋਕਾਂ ਤੋਂ ਬੁਲਵਾਇਆ ਵਾ, ਅਗਰ ਤੁਸੀਂ ਸ਼ਾਇਦ ਮੇਰਾ ਸੋਸ਼ਲ ਮੀਡੀਆ 'ਤੇ ਪੇਜ ਸਰਚ ਕਰੋਗੇ ਤੁਹਾਨੂੰ ਸਾਰੀ ਕਾਰਗੁਜ਼ਾਰੀ ਪਿਛਲੇ ਇੰਨੇ ਸਮੇਂ ਦੀ ਤੁਹਾਡੇ ਸਾਹਮਣੇ ਆ ਜਾਏ। ਖੈਰਾ ਸਾਹਿਬ, ਅਕਸਰ ਇਹ ਕਿਹਾ ਜਾਂਦਾ ਕਿ ਜ਼ਿਆਦਾ ਮੀਡੀਆ ਦੇ ਵਿੱਚ ਪਬਲਿਸਿਟੀ ਲੈਣ ਦੇ ਲਈ ਖੈਰਾ ਸਾਹਿਬ ਕੰਮ ਕਰਦੇ ਆ, ਇਹ ਕਿਉਂ ਕਿਹਾ ਜਾ ਰਿਹਾ? ਇਹ ਤਾਂ ਉਹਨਾਂ ਨੂੰ ਜੋ ਮੇਰੇ ਖਿਲਾਫ ਉਹਨਾਂ ਨੂੰ ਕੋਲ ਕਰਪਸ਼ਨ ਦਾ ਕੋਈ ਇਲਜ਼ਾਮ ਨਹੀਂ ਗਾ, ਮੇਰੇ ਖਿਲਾਫ ਉਹਨਾਂ ਦੇ ਕੋਲ ਕੋਈ ਕਿਸੇ ਜ਼ਮੀਨਾਂ ਦੇ ਕਬਜ਼ੇ ਦਾ ਇਲਜ਼ਾਮ ਨਹੀਂ ਗਾ, ਕੋਈ ਉਹਨਾਂ ਦੇ ਖਿਲਾਫ ਮੇਰੇ ਖਿਲਾਫ ਕੋਈ ਇੱਦਾਂ ਦਾ ਹੋਰ ਕੋਈ ਜਦੋਂ ਇਲਜ਼ਾਮ ਨਹੀਂ ਗਾ ਫਿਰ ਇੱਦਾਂ ਦੀ ਬੇਤੁਕੀਆਂ ਜਿਹੀਆਂ ਗੱਲਾਂ ਕਰਦੇ ਕਿ ਮੀਡੀਆ ਦਾ ਬੜਾ ਹੈਗਾ ਅਤੇ ਇਹ ਘੱਟ ਜਿਹੜੇ ਕੰਮ ਕਰ ਲੈਣ ਇਹ ਮੀਡੀਆ ਦੇ ਮੂਹਰੇ ਆ ਜਾ ਕਰਨ। ਮੈਂ ਕਿਸੇ ਨੂੰ ਰੋਕਿਆ ਵਾ? ਮੈਨੂੰ ਤਾਂ ਆਈ ਗੈਟ ਓਨਲੀ ਕਵਰੇਜ ਜਦੋਂ ਮੈਂ ਕੋਈ ਮੀਨਿੰਗਫੁਲ ਗੱਲ ਕਰਦਾ। ਹੁਣ ਮੈਂ ਤੁਹਾਡੇ ਸਾਹਮਣੇ ਕੋਈ ਬੇਤੁਕੀ ਗੱਲ ਕਰੂੰਗਾ ਲੋਕ ਅੱਧਾ ਮਿੰਟ ਦੇਖ ਕੇ ਪੜੇ ਹੋ ਜਾਣਗੇ, ਜਦੋਂ ਆਪਾਂ ਕੋਈ ਦਲੀਲ ਨਾਲ ਗੱਲ ਕਰਾਂਗੇ ਲੋਕ ਆਪੇ ਸੁਣਦੇ ਨੇ, ਇਸ ਗੱਲ ਤੋਂ ਵੀ ਈਰਖਾ ਕਰਦੇ ਸਾਰੇ। ਅਤੇ ਖੈਰਾ ਸਾਹਿਬ, ਤੁਸੀਂ ਕਹਿ ਰਹੇ ਹੋ ਕਿ ਮੇਰੇ ਖਿਲਾਫ ਕੋਈ ਮੁੱਦਾ ਨਹੀਂ ਹੈਗਾ ਇਹਨਾਂ ਕੋਲ, ਇਸ ਲਈ ਇਹੋ ਜਿਹੀ ਗੱਲ ਕਰਦੇ ਪਏ, ਅਤੇ ਖੈਰਾ ਸਾਹਿਬ ਕੋਲ ਇਹੋ ਜਿਹਾ ਕਿਹੜਾ ਮੁੱਦਾ ਹੈਗਾ ਜਿਹਨਾਂ ਤੁਹਾਨੂੰ ਲੋਕ ਵੋਟ ਪਾਉਣ? ਮੁੱਦੇ ਹੀ ਮੁੱਦੇ ਇੱਥੇ ਬਠਿੰਡਾ ਦੇ ਵਿੱਚ, ਕਿਉਂਕਿ ਜਦੋਂ ਬਠਿੰਡੇ ਦੇ ਵਿੱਚ ਆਣ ਕੇ ਮੈਂ ਦੇਖਿਆ ਇੰਨਾ ਜ਼ਿਆਦਾ ਪੋਇਜ਼ਨਸ ਵਾਟਰ ਪੀ ਰਹੇ ਨੇ ਇੱਥੇ। ਜਾ ਕੇ ਇੱਕ ਦਿਨ ਨਾ ਮੇਰਾ ਪਿੰਡ ਨੋਟ ਕਰ ਲਓ, ਆਪਣੇ ਕੈਮਰਾਮੈਨ ਨਾਲ ਜਾ ਕੇ ਦਿਖਾ ਕੇ ਆਓ, ਹਰਕਿਸ਼ਨਪੁਰਾ ਪਿੰਡ ਆ ਮੌੜ ਵਿੱਚ, ਜਾਂ ਟਾਂਡੀਆਂ ਪਿੰਡ ਚਲ ਜਾਓ ਸਰਦੂਲਗੜ੍ਹ ਹਲਕੇ 'ਚ, ਇੱਦਾਂ ਦੇ ਦਰਜਨਾਂ ਪਿੰਡਾਂ 'ਚ, ਮਤਲਬ ਸੈਂਕੜਿਆਂ 'ਚ ਚਲੇ ਗਿਆ। ਹੁਣ ਸਾਰਾ ਪੀਣ ਵਾਲਾ ਪਾਣੀ ਇਸ ਬਠਿੰਡਾ ਲੋਕ ਸਭਾ ਦੇ ਵਿੱਚ ਪੋਇਜ਼ਨਸ ਆ, ਜਿਹਦੇ ਕਰਕੇ ਲੋਕਾਂ ਦੇ ਕੈਂਸਰ ਹੋ ਰਿਹਾ। ਬਠਿੰਡੇ ਤੋਂ ਰੋਜ਼ 9:30 ਟ੍ਰੇਨ ਚੱਲਦੀ ਹੈ ਬੀਕਾਨੇਰ ਨੂੰ, ਉਸ ਟ੍ਰੇਨ ਦਾ ਨਾਮ ਕੈਂਸਰ ਟ੍ਰੇਨ ਆ। ਬਠਿੰਡਾ ਇਜ਼ ਕੈਂਸਰ ਕੈਪੀਟਲ ਆਫ ਦ ਕੰਟਰੀ। ਸਭ ਤੋਂ ਜ਼ਿਆਦਾ ਆਤਮ ਹੱਤਿਆ ਇੱਥੇ ਹੋਈਆਂ, ਸਭ ਤੋਂ ਜ਼ਿਆਦਾ ਕਿਸਾਨਾਂ ਦੇ ਕਰਜ਼ਾ ਬਠਿੰਡਾ ਅਤੇ ਮਾਨਸਾ 'ਚ। ਸੋ ਬਠਿੰਡਾ ਮਾਨਸਾ ਇਜ਼ ਆਲਸੋ ਸੁਸਾਈਡ ਕੈਪੀਟਲ ਆਫ ਇੰਡੀਆ। ਸ਼ਰਮ ਆਉਣੀ ਚਾਹੀਦੀ ਬਾਦਲ ਸਾਹਿਬ ਨੂੰ, 5 ਵਾਰ ਚੀਫ ਮਿਨਿਸਟਰ ਬਣੇ ਨੇ, ਹਰਸਿਮਰਤ ਕੌਰ, ਸੁਖਬੀਰ ਬਾਦਲ, ਮਿਨਿਸਟਰ ਹੀ ਮਿਨਿਸਟਰ ਸਾਰੀਆਂ ਸਰਕਾਰਾਂ 'ਚ, ਅਤੇ ਦੇਣ ਕੀ ਆ ਥੱਲੇ ਲੋਕਾਂ ਨੂੰ? ਵੱਡੇ ਪੱਧਰ 'ਤੇ ਬੇਰੁਜ਼ਗਾਰੀ। ਅੱਜ ਸਾਡੇ ਬੱਚੇ ਪਿੰਡਾਂ ਦੇ ਵਿੱਚ ਜਿਹੜੇ ਨੇ ਉਹ ਸ਼ਾਇਦ ਸੈਂਕੜਿਆਂ ਦੀ ਤਾਦਾਦ ਵਿੱਚ ਹਰ ਪਿੰਡ 'ਚ ਬੇਰੁਜ਼ਗਾਰ। ਹੁਣ ਬਹੁਤੇ ਜਿਹੜੇ ਲੋਕ ਥੋੜ੍ਹਾ ਬਹੁਤਾ ਗੁੰਜਾਇਸ਼ ਆ ਉਹਨਾਂ ਨੇ ਆਪਣੇ ਬੱਚੇ ਬਾਹਰ ਭੇਜਣੇ ਸ਼ੁਰੂ ਕਰਤੇ। ਸਾਰੇ ਬਠਿੰਡੇ ਦੇਖੋਗੇ ਆਈਲੈਟਸ 'ਤੇ ਬੋਰਡ ਲੱਗੇ ਹੋਏ ਨੇ, ਕੋਈ ਆਸਟ੍ਰੇਲੀਆ, ਕੋਈ ਕੈਨੇਡਾ, ਕੋਈ ਨਿਊਜ਼ੀਲੈਂਡ ਭੇਜ ਰਿਹਾ। ਨਾਲ ਤਾਂ ਸਾਡਾ ਪੜ੍ਹਿਆ ਲਿਖਿਆ ਵਰਗ ਜਾ ਰਿਹਾ ਵਾ, ਨਾਲੇ ਸਾਡੀ ਇਕੋਨਮੀ ਜਾ ਰਹੀ ਹੈ। ਇਹ ਤਾਂ ਉੱਥੇ ਵੀ ਲੱਗੇ ਬੋਰਡ ਜਿੱਥੋਂ ਤੁਸੀਂ ਆਏ ਹੋ, ਉੱਧਰ ਤਾਂ ਰਿਵਾਜ਼ ਸੀਗਾ ਹੀ ਪਹਿਲਾਂ। ਇਹ ਜਿਹੜੇ ਬਾਦਲ ਕੇ ਕਹਿੰਦੇ ਸੀਗੇ ਕਿ ਬਠਿੰਡਾ ਅਸੀਂ ਬਹੁਤ ਕੈਲੀਫੋਰਨੀਆ ਬਣਾਤਾ, ਹੁਣ ਇੱਥੋਂ ਕੋਈ ਬੱਚੇ ਬਾਹਰ ਜਾ ਰਹੇ ਨੇ ਔਰ ਬੇਰੁਜ਼ਗਾਰੀ ਕਰਕੇ। ਨਹੀਂ, ਬਾਦਲਾਂ ਨੇ ਬਠਿੰਡਾ ਡਿਵੈਲਪਮੈਂਟ ਨਹੀਂ ਕੀਤੀ। ਨੋ, ਐਬਸੋਲੂਟਲੀ ਬੋਗਸ ਕਲੇਮਸ। ਸ਼ਹਿਰ ਵਿੱਚ 6 ਮਾਲ ਬਣਾਤੇ, 4 ਹੋਟਲ ਬਣਾਤੇ, ਸੜਕਾਂ ਬਣਾਤੀਆਂ, ਉਹ ਤਾਂ ਬੜੇ ਮਾਈਕਰੋਸਕੋਪਿਕ ਪੋਪੂਲੇਸ਼ਨ ਨੂੰ ਇਫੈਕਟ ਹੋ ਰਿਹਾ। ਬਾਕੀ ਜਿਹੜੇ ਪਿੰਡਾਂ 'ਚ ਲੋਕ ਰਹਿੰਦੇ ਨੇ, ਜਿਹੜੇ ਪਾਵਰਟੀ ਦੀ ਸਤਾ ਤੋਂ ਥੱਲੇ ਵੀ ਰਹਿ ਰਹੇ ਨੇ, ਉਹਨਾਂ ਨੂੰ ਕੀ ਆ ਉੱਥੇ ਬਠਿੰਡੇ ਵਿੱਚ ਕੀ ਹੋ ਰਿਹਾ? ਨਾਲੇ ਬੀਬੀ ਹਰਸਿਮਰਤ ਕੌਰ ਨੂੰ, ਬਾਦਲ ਸਾਹਿਬ ਨੂੰ ਪਤਾ ਵਾ ਕਿ ਡਿਵੈਲਪਮੈਂਟ ਇੱਟਾਂ 'ਤੇ ਕੰਕਰੀਟ ਨਹੀਂ ਹੁੰਦਾ। ਡਿਵੈਲਪਮੈਂਟ ਉਸ ਨੂੰ ਕਹਿੰਦੇ ਜਦੋਂ ਉੱਥੋਂ ਦੇ ਬਸ਼ਿੰਦਿਆਂ ਦੇ ਚਿਹਰਿਆਂ ਦੇ ਉੱਤੇ ਰੌਣਕ ਅਤੇ ਉਹਨਾਂ ਨੂੰ ਅੰਦਰੋਂ ਮਨੋ ਤਸੱਲੀ ਹੋਵੇ ਕਿ ਇਹ ਸਾਡੀ ਸਰਕਾਰ ਅੱਛੀ ਪੜ੍ਹਾਈ ਦੇ ਰਹੀ ਆ, ਸਾਡਾ ਅੱਛਾ ਇਲਾਜ ਦੇ ਰਿਹਾ ਵਾ, ਸਾਡੇ ਲਈ ਪੀਣ ਵਾਲਾ ਪਾਣੀ ਸਾਫ਼ ਆ, ਸਾਡੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਆ, ਸਾਡੇ ਬਜ਼ੁਰਗਾਂ ਨੂੰ ਦੀ ਪੈਨਸ਼ਨ ਅੱਛੀ ਆ। ਓਵਰਆਲ ਜਦੋਂ ਸਰਕਾਰ ਕੋਈ ਕੰਮ ਕਰਦੀ ਉਹਨੂੰ ਡਿਵੈਲਪਮੈਂਟ ਕਹਿੰਦੇ। ਜਿਹੜੇ ਉਹ ਕਹਿੰਦੇ ਨਾ ਕਿ ਅਸੀਂ ਕੰਮ ਬਹੁਤ ਕਰਾਇਆ,
ਜਿਹੜਾ ਕੰਮ ਸੁਖਬੀਰ ਬਾਦਲ ਉਹਨਾਂ ਨੇ ਕਰਾਇਆ ਵੀ ਹਰ ਕੰਮ 'ਚ ਉਹ ਤਾਂ ਪੈਸੇ ਖਾਧੇ ਆ ਫ੍ਰੀ ਕਿਹੜਾ ਕੰਮ ਕੀਤਾ ਦੱਸੇ ਮੈਨੂੰ ਸੁਖਬੀਰ ਬਾਦਲ ਕਿਹੜਾ ਕੰਮ ਫ੍ਰੀ ਕਰਾਇਆ ਜਿੰਨੇ ਪ੍ਰੋਜੈਕਟ ਨੇ ਗਵਰਨਮੈਂਟ ਦੇ ਜਿੰਨਾ ਪਿੰਡਾਂ 'ਚ ਗ੍ਰਾਂਟਾਂ ਦੇ ਪੈਸੇ ਆਏ ਸਾਰੇ ਕੰਮ ਕਮਿਸ਼ਨ ਅਤੇ ਕਰਪਸ਼ਨ ਤੋਂ ਬਗੈਰ ਕੁਛ ਨਹੀਂ ਹੋਇਆ ਤੁਸੀਂ ਆਪਦੇ ਵੀਡੀਓਜ਼ ਵਿੱਚ ਲਗਾਤਾਰ ਜ਼ਿਕਰ ਕਰਦੇ ਹੋ ਬੁਢਲਾਡਾ ਅਤੇ ਸਰਦੂਲਗੜ੍ਹ ਬਾਰੇ ਵੀ ਇਹ ਬਹੁਤ ਪਛੜੇ ਹੋਏ ਇਲਾਕੇ ਆ ਸਭ ਤੁਹਾਨੂੰ ਬੁਢਲਾਡਾ ਅਤੇ ਸਰਦੂਲਗੜ੍ਹ ਵਿੱਚ ਇਹੋ ਜਿਹਾ ਕੀ ਲੱਗਿਆ ਕਿ ਤੁਹਾਨੂੰ ਬਹੁਤ ਪਛੜਿਆ ਹੋਇਆ ਲੱਗਿਆ ਪੂਰੇ ਪੰਜਾਬ ਦੇ ਵਿੱਚ ਉਹ ਤਾਂ ਹੈ ਹੀ ਕੁਛ ਨਹੀਂ ਗਾ ਦੇ ਆਰ 117 ਚੋਂ ਮੈਂ ਬਿਲਕੁਲ ਫੈਕਟ ਕਹਿ ਰਿਹਾ ਬੁਢਲਾਡਾ ਸਭ ਤੋਂ ਬੈਕਵਰਡ ਹੈ ਤੁਸੀਂ ਐਂ ਕਰੋ ਭਿੱਖੀ ਜਿਹੜਾ ਮੰਡੀ ਆ ਉਹ 'ਚੋਂ ਬੁਢਲਾਡਾ ਨੂੰ ਸੜਕ ਜਿਹੜੀ ਮੁੜਦੇ ਉੱਤੇ ਉੱਤਰ ਜਾਓ ਜਿਹੜੀ ਮੇਨ ਰੋਡ ਆ ਜਿਹੜੀ ਜਿਹੜੀ ਬੁਢਲਾਡਾ ਸਬ ਡਿਵੀਜ਼ਨ ਨੂੰ ਜਾ ਰਹੀ ਹੈ ਐਂ ਲੱਗਦਾ ਜਿੱਦਾਂ ਗੱਡੀ 'ਤੇ ਨਹੀਂ ਘੋੜੇ 'ਤੇ ਬਹਿ ਕੇ ਜਾ ਰਹੇ ਹਾਂ ਆਪਾਂ ਸਾਰਾ ਸ਼ਹਿਰ ਪੁੱਟਿਆ ਪਿਆ ਟੁੱਟਿਆ ਪਿਆ ਪੂਅਰਸਟ ਆਫ ਪੂਅਰ ਕੁਆਲਿਟੀ ਆਫ ਵਰਕਸ ਗੋਇੰਗ ਔਨ ਜਿਹੜੇ ਸੋ ਕਾਲ ਸੀਵਰੇਜ ਵੀ ਪਾ ਰਹੇ ਨੇ ਉਹਦੇ 'ਚ ਇੰਨਾ ਸਬ ਸਟੈਂਡਰਡ ਮਟੀਰੀਅਲ ਕਦੀ ਸੀਵਰੇਜ ਚੱਲਣਗੇ ਨਹੀਂ ਪੰਜਾਬ ਦੇ ਜਿੰਨਾ ਮਰਜ਼ੀ ਪਾਈ ਜਾਣ ਸੀਵਰੇਜ ਦੀ ਸਮੱਸਿਆ ਤਾਂ ਬਠਿੰਡਾ ਸ਼ਹਿਰ 'ਚ ਵੀ ਬਹੁਤ ਵੱਡੀ ਰਹੀ ਹੈ ਸਾਰੇ ਥਾਈ ਹੈ ਬਿਕੋਜ਼ ਪਲੈਨਿੰਗ ਤੋਂ ਬਗੈਰ ਔਰ ਉਹ ਸੀਵਰੇਜ ਦਾ ਜਿੱਦਾਂ ਪਾਈਪ ਜਿੱਡੇ ਇਹਨਾਂ ਦੇ ਦਿਲ ਹੈ ਨਾ ਆਗੂਆਂ ਦੇ ਲੀਡਰਾਂ ਦੇ ਨਿੱਕੇ ਨਿੱਕੇ ਪਾਈਪ ਪਾਏ ਨੇ ਜਦਕਿ ਯੂ ਨੀਡ ਹਿਊਜ ਫਲੋ ਐਂਡ ਆਲਸੋ ਪ੍ਰੋਪਰ ਪਲੈਨਿੰਗ ਪਾਉਂਦੇ ਨੇ ਸੀਵਰੇਜ ਪਾਣੀ ਚੜ੍ਹ ਸਕਦਾ ਤਾਂ ਉੱਤੇ ਨੂੰ ਕਦੇ ਇਹਨਾਂ ਦਾ ਕੋਈ ਪਤਾ ਨਹੀਂ ਕੀ ਕੁਛ ਕਰਤਾ ਇਹਨਾਂ ਨੇ ਸਰਦੂਲਗੜ੍ਹ ਸੈਕਿੰਡ ਬੈਕਵਰਡ ਏਰੀਆ ਤੁਸੀਂ ਜਾ ਕੇ ਤਾਂ ਦੇਖੋ ਕਸਬਿਆਂ ਦੇ ਸਾਰੇ ਟੁੱਟੇ ਪਏ ਤੁਹਾਨੂੰ ਯਾਦ ਹੋਊਗਾ ਖੈਰਾ ਸਾਹਿਬ ਬਠਿੰਡਾ ਦੇ ਵਿੱਚ ਬੈਕਵਰਡ ਏਰੀਆ ਸਰਟੀਫਿਕੇਟ ਦਿੱਤੇ ਜਾਂਦੇ ਸੀਗੇ ਉਹ ਦੂਰ ਹੋ ਗਿਆ ਕਹਿੰਦੇ ਅਸੀਂ ਤਾਂ ਬੜਾ ਕੰਮ ਕੀਤਾ ਸਾਰੇ ਕਹਿ ਰਹੇ ਆ ਤੁਹਾਡਾ ਟਾਰਗੇਟ ਸਿਰਫ ਬਾਦਲ ਪਰਿਵਾਰ ਆ ਮਨਪ੍ਰੀਤ ਬਾਦਲ ਤੋਂ ਖੁਸ਼ ਹੋ ਮਨਪ੍ਰੀਤ ਬਾਦਲ ਤੋਂ ਖੁਸ਼ ਹੋ ਨਹੀਂ ਮਨਪ੍ਰੀਤ ਬਾਦਲ ਇਹਨਾਂ ਵਿੱਚੋਂ ਹੀ ਆ ਇੱਕੋ ਥੈਲੀ ਦੇ ਚੱਟੇ ਵੱਟੇ ਨੇ ਉਹਨੇ ਅੱਜ ਤੁਸੀਂ ਬਠਿੰਡੇ ਦੇ ਵਿੱਚ ਜਾ ਕੇ ਦੇਖੋ ਬਠਿੰਡੇ 'ਚ ਦੋ ਵੱਡੇ ਵਾਅਦੇ ਕੀਤੇ ਸੀ ਉਹਨੇ ਕਿ ਮੈਂ ਜਿਹੜਾ ਥਰਮਲ ਪਾਵਰ ਪਲਾਂਟ ਆ ਬਠਿੰਡੇ ਦਾ ਉਹ 'ਚੋਂ ਧੂੰਆਂ ਕੱਢੂੰਗਾ ਅਤੇ ਜਿਹੜਾ ਸ਼ਹਿਰ ਦਾ ਕਚਰਾ ਪਲਾਂਟ ਹੈ ਉਹ ਮੈਂ ਬੰਦ ਕਰਾਊਂਗਾ ਅਤੇ ਕੀਤਾ ਉਲਟਾ ਉਹ ਜਿਹੜਾ ਥਰਮਲ ਪਲਾਂਟ ਸੀਗਾ ਉਹ ਬੰਦ ਕਰਾ ਦਿੱਤਾ ਕਿਉਂਕਿ ਕੈਬਨਿਟ ਸਬ ਕਮੇਟੀ ਬਣੀ ਸੀ ਤਿੰਨ ਮਿਨਿਸਟਰਾਂ ਦੀ ਮਨਪ੍ਰੀਤ ਉਹਦੇ ਵਿੱਚ ਮਿਨਿਸਟਰ ਸੀ ਇਹਦੀ ਰਿਕਮੈਂਡੇਸ਼ਨ ਉਹ ਬੰਦ ਹੋਇਆ ਉਹ ਅਤੇ ਜਿਹੜਾ ਕਚਰਾ ਪਲਾਂਟ ਜਿਹੜਾ ਕਿ ਸਾਰੇ ਸ਼ਹਿਰ ਦੀ ਆਬੋ ਹਵਾ ਖਰਾਬ ਕਰ ਰਿਹਾ ਜ਼ਿੰਦਗੀ ਖਰਾਬ ਕਰ ਰਿਹਾ ਲੋਕਾਂ ਦੀ ਉਹ ਇਹ ਕਹਿੰਦਾ ਸੀ ਮੈਂ ਬੰਦ ਕਰਾਊਂਗਾ ਉਹ ਚੱਲਦਾ ਪਿਆ ਵਾ ਨਹੀਂ ਉਹ ਇੱਕ ਰੀਜ਼ਨ ਦਿੰਦੇ ਆ ਖੈਰਾ ਸਾਹਿਬ ਇੱਕ ਰੀਜ਼ਨ ਦਿੰਦੇ ਆ ਉਹ ਕਹਿੰਦੇ ਆ ਕਿ ਭਲੱਥ ਵਿੱਚ ਤੁਸੀਂ ਕੁਛ ਨਹੀਂ ਕੀਤਾ ਉੱਥੋਂ ਭੱਜ ਕੇ ਇੱਥੇ ਆ ਗਏ ਆ ਹੁਣ ਤੁਸੀਂ ਇੱਥੇ ਆ ਕੇ ਕਮੀਆਂ ਕੱਢੀਆਂ ਮੈਂ ਇਹਨਾਂ ਵਾਂਗੂ ਕੋਈ ਬੋਗਸ ਕਲੇਮਸ ਵੀ ਨਹੀਂ ਕਰਦਾ ਵੈਸੇ ਤਾਂ ਭਲੱਥ ਵਿੱਚ ਵਾਹਿਗੁਰੂ ਦੀ ਕਿਰਪਾ ਨਾਲ ਸੀ ਗਵਰਨਮੈਂਟ ਕਾਲਜ ਆ ਉੱਥੇ ਸਾਰੇ ਵਾਟਰ ਵਰਕਸ ਮੈਂ ਉਹ ਬੰਦ ਹੋਣ ਦੀ ਕਗਾਰ ਤੇ ਆ ਭਲੱਥ ਵਾਲੇ ਕਹਿ ਰਹੇ ਇਹਨਾਂ ਦੇ ਲੈਕੀ ਨਾ ਬੰਦ ਹੋ ਰਿਹਾ ਬਾਦਲਾਂ ਹਸਪਤਾਲ ਦੀ ਕੰਡੀਸ਼ਨ ਉੱਥੇ ਮਾੜੀ ਆ ਜਿਹੜੇ 4-5 ਸਕੂਲ ਤੁਹਾਡੇ ਫਾਦਰ ਸਾਹਿਬ ਨੇ ਖੋਲੇ ਸੀ ਉੱਥੇ ਜਦੋਂ ਐਜੂਕੇਸ਼ਨ ਮਿਨਿਸਟਰ 4-5 ਸਕੂਲ ਨੇ 4-500 ਸਕੂਲ ਉਹਨਾਂ ਵਿੱਚੋਂ ਕਿੰਨਿਆਂ ਦੀ ਹਾਲਤ ਦਰੁਸਤ ਹੈ ਇਹ ਚਲਾਉਂਦੇ ਨੇ ਸਰਕਾਰ ਮੈਂ ਤਾਂ ਆਪੋਜੀਸ਼ਨ 'ਚ ਮੈਂ ਤਾਂ ਲੀਡਰ ਆਫ ਆਪੋਜੀਸ਼ਨ ਸੀ ਮੈਂ ਤਾਂ ਰਾਣੇ ਗੁਰਜੀਤ ਨੂੰ ਕੰਨੋਂ ਫੜ ਕੇ ਲਵਾਇਆ ਕਿ ਨਹੀਂ ਲਵਾਇਆ ਦੱਸੋ ਸਾਰੇ ਜ਼ਹਿਰੀਲੇ ਪਾਣੀਆਂ ਦੀ ਫੈਕਟਰੀਆਂ ਵਿੱਚ ਜਾ ਕੇ ਬੁੱਢੇ ਨਾਲੇ ਦਾ ਇਸ਼ੂ ਉਠਾਇਆ ਸਾਰੇ ਡਰੱਗ ਅਫੈਕਟਿਡ ਦੇ ਕੋਲ ਗਿਆ ਤੁਸੀਂ ਮਨਪ੍ਰੀਤ ਦੀ ਗੱਲ ਵਿੱਚ ਰੋਕ ਦਿੱਤੀ ਅੱਜ ਮਨਪ੍ਰੀਤ ਦੇ ਸਾਲੇ ਦੇ ਉੱਤੇ ਗੁੰਡਾ ਟੈਕਸ ਦਾ ਇਲਜ਼ਾਮ ਲੱਗਦਾ ਗੁੰਡਾ ਟੈਕਸ ਦਾ ਨਾਮ ਹੀ ਉਹਦੇ ਨਾਮ ਨਾਲ ਜੁੜ ਗਿਆ ਜੋਜੋ ਟੈਕਸ ਅਸੀਂ ਤਾਂ ਇੱਦਾਂ ਦਾ ਕੋਈ ਕੰਮ ਨਹੀਂ ਕੀਤਾ ਦੱਸੋ ਕਿੱਥੇ ਕੀਤਾ ਇੱਕ ਛੋਟਾ ਬ੍ਰੇਕ ਲਵਾਂਗੇ ਸੁਖਪਾਲ ਸਿੰਘ ਖਹਿਰਾ ਹਰਾਣਾ ਨਾਲ ਗੱਲਬਾਤਾਂ ਦਾ ਸਿਲਸਿਲਾ ਇਸ ਤਰ੍ਹਾਂ ਜਾਰੀ ਰਹੇਗਾ ਬ੍ਰੇਕ ਤੋਂ ਬਾਅਦ ਵਾਪਸ ਆ ਕੇ ਹੋਰ ਤਿੱਖੇ ਸਵਾਲ ਫੋਨ 'ਤੇ ਚਲੋ ਸੁਖਪਾਲ ਸਿੰਘ ਖਹਿਰਾ ਨੂੰ ਕਦੇ ਐਂ ਲੱਗਦਾ ਕਿ ਸਿਆਸਤ ਦੇ ਵਿੱਚ ਜਿਹੜੀ ਨਿੱਜੀ ਕਿੜ ਕੱਢਣ ਕਰਕੇ ਸੁਖਪਾਲ ਸਿੰਘ ਖਹਿਰਾ ਨੂੰ ਰਾਜਸੀ ਤੌਰ 'ਤੇ ਨੁਕਸਾਨ ਹੋਇਆ ਚਾਹੇ ਰਾਣਾ ਗਰਜੀ ਦਾ ਮਾਮਲਾ ਹੋਵੇ ਚਾਹੇ ਜਗੀਰ ਕੌਰ ਦਾ ਮਾਮਲਾ ਹੋਵੇ ਮੈਂ ਨਿੱਜੀ ਕਿਸੇ ਨਾਲ ਕਿੜ ਮੈਂ ਇਹਨਾਂ ਨੂੰ ਕੁਛ ਆਪਣੇ ਰਾਹ ਵਿੱਚ ਕੁਛ ਨਹੀਂ ਸਮਝਦਾ ਪਰ ਜਦੋਂ ਮੈਂ ਕੋਈ ਇਸ਼ੂ ਉਠਾਉਣਾ ਹੁਣ ਲੈਟਸ ਸੇ ਰਾਣੇ ਗੁਰਜੀਤ ਦੇ ਖਿਲਾਫ਼ ਖੱਡਾਂ ਦਾ ਮਾਮਲਾ ਆਇਆ ਹੋ ਕੇ ਨੇ ਸੇ ਕਿ ਇੱਕ ਮਿਨਿਸਟਰ ਖੱਡਾਂ ਦੀ ਲੁੱਟ ਕਰ ਰਿਹਾ ਵਾ ਮੈਨੂੰ ਕਹਿਣਾ ਪਿਆ ਕਿ ਆਹ ਬੈਠਾ ਰਾਣਾ ਗੁਰਜੀਤ ਇਹ ਸਾਡੇ ਖੱਡਾਂ ਦੀ ਲੁੱਟ ਕੋ ਸੁੱਟ ਕਰ ਦਿੱਤੀ ਸੋ ਲੋਕਾਂ ਨੂੰ ਐਂ ਲੱਗਦਾ ਜਿੱਦਾਂ ਮੈਂ ਪਰਸਨਲ ਨਿੱਜੀ ਅਟੈਕ ਕਰ ਰਿਹਾ ਕਿਉਂਕਿ ਹੁਣ ਰਾਣੇ ਗੁਰਜੀਤ ਨੂੰ ਜਾਂ ਤਾਂ ਕੈਪਟਨ ਸਾਹਿਬ ਟਾਈਮ ਸਿਰ ਲਾ ਦਿੰਦੇ 8 ਮਹੀਨੇ ਰੱਖਿਆ ਹੁਣ ਰੋਜ਼ ਰਾਣੇ ਗੁਰਜੀਤ ਦੇ ਖਬਰਾਂ ਛੱਪਦੀਆਂ ਸੀਗੀਆਂ ਇਸ ਕਰਕੇ ਐਂ ਲੱਗਦਾ ਲੋਕਾਂ ਨੂੰ ਬਟ ਆਈ ਹੈਵ ਨੋ ਪਰਸਨਲ ਐਨੀਮਿਟੀ ਵਿਦ ਐਨੀਬਡੀ ਆਈ ਐਮ ਫਾਈਟਿੰਗ ਕਰਪਸ਼ਨ ਆਈ ਐਮ ਫਾਈਟਿੰਗ ਇਨਜਸਟਿਸ ਮੈਂ ਇਸ ਦੇਸ਼ ਅਤੇ ਇਸ ਪੰਜਾਬ ਦੇ ਵਿੱਚ ਜਿਹੜੀਆਂ ਲੁੱਟ ਕਸੁੱਟ ਆ ਉਹਨੂੰ ਲੜ ਰਿਹਾ ਸੁਖਪਾਲ ਸਿੰਘ ਖਹਿਰਾ ਨੇ ਜੋ ਕਦੇ ਸਲਾਹ ਲੈਣੀ ਹੋਵੇ ਕਿਸਦੀ ਸਲਾਹ ਮੰਨਦੇ ਆ ਸੁਖਪਾਲ ਸਿੰਘ ਖਹਿਰਾ ਬਿਲਕੁਲ ਸਭ ਤੋਂ ਗਰੀਬ ਆਦਮੀ ਮੈਨੂੰ ਕੋਈ ਚੰਗੀ ਸਲਾਹ ਦੇ ਦੇ ਬਿਲਕੁਲ ਪੇਂਡੂ ਆਦਮੀ ਅਨਪੜ੍ਹ ਆਦਮੀ ਉਹਦੀ ਸਲਾਹ ਵਿੱਚ ਵਜ਼ਨ ਹੋਣਾ ਚਾਹੀਦਾ ਆਈ ਡੋਂਟ ਨੀਡ ਪੋਲਿਸ਼ਡ ਸਲਾਹ ਜਿਹੜੇ ਅਮੀਰ ਆਦਮੀ ਬੈਠੇ ਬਹੁਤ ਕੋਈ ਜਿਹੜੇ ਕਹਿੰਦੇ ਕਿ ਅਸੀਂ ਬਹੁਤ ਬੁੱਧੀਜੀਵੀ ਆ ਠੀਕ ਹੈ ਬੁੱਧੀਜੀਵੀ ਦਾ ਰਿਸਪੈਕਟ ਕਰਦਾ ਕਈ ਵਾਰੀ ਉਹ ਵੀ ਬੜੀ ਅੱਛੀ ਸਲਾਹ ਦਿੰਦੇ ਪਰ ਮੈਂ ਸਲਾਹ ਜੇ ਮੈਨੂੰ ਕੋਈ ਸਲਾਹ ਦੇ ਵਿੱਚ ਵਜ਼ਨ ਆਵੇ ਤਾਂ ਮੈਂ ਬਿਲਕੁਲ ਗਰੀਬ ਤੋਂ ਗਰੀਬ ਸਾਦੇ ਤੋਂ ਸਾਦੇ ਆਦਮੀ ਦੀ ਸਲਾਹ ਮੰਨਦਾ ਸੁਖਪਾਲ ਸਿੰਘ ਖਹਿਰਾ ਆਪਦੇ ਆਪ ਨੂੰ ਕਿਸ ਸੂਚੀ ਵਿੱਚ ਰੱਖਦੇ ਆ ਅਮੀਰ ਦਰਮਿਆਨੇ ਆਰਡੀਨਰੀ ਮਿਡਲ ਕਲਾਸ ਸੁਖਪਾਲ ਸਿੰਘ ਖਹਿਰਾ ਜਦੋਂ ਬਠਿੰਡਾ ਦੇ ਵਿੱਚ ਮੈਦਾਨ ਦੇ ਵਿੱਚ ਉਤਰਦੇ ਆ ਇਲੈਕਸ਼ਨ ਲੜਨ ਦੇ ਲਈ ਕਿਹੜਾ ਮੁੱਦਾ ਲੈ ਕੇ ਉਤਰੇ ਸੀ ਤੁਸੀਂ ਬਠਿੰਡਾ 'ਚ ਮੈਂ ਇਹੀ ਕਹਿ ਰਿਹਾ ਨਾ ਬਠਿੰਡਾ ਦੇ ਵਿੱਚ ਜਿਹੜੇ ਬੇਸਿਕ ਇਸ਼ੂਜ਼ ਨੇ ਉਹਦੀ ਕੋਈ ਪਿਛਲੇ ਕਈ ਅੱਠ
ਬਠਿੰਡਾ ਦੇ ਵਿੱਚ ਬਾਕੀ ਦੇ ਪੰਜਾਬ ਨਾਲੋਂ ਹਾਲਾਤ ਬਾੜੇ ਨੇ। ਮੈਂ ਤੁਹਾਨੂੰ ਕਹਿ ਤਾਂ ਰਿਹਾ ਤੁਸੀਂ ਜਾ ਕੇ ਚੈੱਕ ਕਰੋ, ਪੋਇਜ਼ਨਸ ਵਾਟਰ, ਸਭ ਤੋਂ ਜ਼ਿਆਦਾ ਕੈਂਸਰ, ਸਭ ਤੋਂ ਜ਼ਿਆਦਾ ਸਕੂਲਾਂ ਦਾ ਨਿਕਾਰ, ਸਭ ਤੋਂ ਜ਼ਿਆਦਾ ਹੋਸਪਿਟਲਸ। ਮੈਂ ਬਠਿੰਡਾ ਦੇ ਹੋਸਪਿਟਲ ਇੱਕ ਦਿਨ ਕਿਸੇ ਦੀ ਖਬਰ ਲੈਣ ਗਿਆ, ਸਿਵਲ ਹੋਸਪਿਟਲ 'ਚ ਅੰਦਰ ਪਸ਼ੂ ਖੜੇ, ਦੇਖਿਆ ਤੁਹਾਡਾ ਵੀਡੀਓ, ਜਿਹੜੇ ਹਸਪਤਾਲਾਂ 'ਚ ਪਸ਼ੂ ਖੜੇ ਦਿਖਾ ਰਹੇ ਸੀ। ਇਸ ਤੋਂ ਇਲਾਵਾ ਤੁਸੀਂ ਦੇਖੋ ਨਾ ਕਿ 72 ਸਾਲ ਦੀ ਆਜ਼ਾਦੀ ਤੋਂ ਬਾਅਦ ਹਲੇ ਤੱਕ ਅਵਾਰਾ ਪਸ਼ੂ ਤੇ ਅਵਾਰਾ ਕੁੱਤੇ ਨਹੀਂ ਸਾਂਭ ਸਕੇ ਲੋਕ, ਲੋਕਾਂ ਦੀ ਜ਼ਿੰਦਗੀ ਕੀ ਸੁਧਾਰਨਗੇ। ਉਹ ਕਹਿ ਰਹੇ ਸੁਖਪਾਲ ਸਿੰਘ ਖਹਿਰਾ ਸਿਰਫ ਐਂਟੀ ਬਾਦਲ ਵੋਟ ਮੰਗਦੇ ਪਏ ਆ, ਆਪਦਾ ਉਹਨਾਂ ਦਾ ਕੋਈ ਇਸ਼ੂ ਨਹੀਂ ਹੈਗਾ। ਮੈਂ ਕੈਪਟਨ ਸਾਹਿਬ ਨੂੰ ਘੱਟ, ਉਹ ਐਂ ਕਹਿੰਦੇ ਵੀ ਕੈਪਟਨ ਸਾਹਿਬ ਨਾਲ ਥੋੜ੍ਹਾ ਜਿਹਾ ਪਿਆਰ ਹੈਗਾ। ਲੈ ਅਕਾਲੀ ਕਹਿੰਦੇ ਮੇਰਾ ਕੈਪਟਨ ਨਾਲ ਪਿਆਰ ਆ, ਕੈਪਟਨ ਕਹਿੰਦਾ ਮੇਰਾ ਅਕਾਲੀਆਂ ਨਾਲ ਪਿਆਰ ਆ, ਭਗਵੰਤ ਕਹਿੰਦਾ ਇਹ ਹਰਸਿਮਰਤ ਕੌਰ ਨੂੰ ਜਿਤਾਉਣ ਗਿਆ। ਕਹਿੰਦਾ ਪਿਆਰ ਕਹਿੰਦੇ ਲੱਗਿਆ ਵੈਸੇ? ਮੈਂ ਸਭ ਦਾ ਪੁਰਾਣਾ ਪਿਆਰ ਤਾਂ ਰਹਿੰਦਾ ਹੀ ਆ, 22 ਸਾਲ ਤੁਸੀਂ ਕਾਂਗਰਸ 'ਚ ਰਹੇ ਹੋ, ਉਦੋਂ ਕਾਂਗਰਸ ਸਪੋਕਸਪਰਸਨ ਵੀ ਰਹੇ ਹੋ, ਮੇਰੇ ਨਾਲ ਅਕਸਰ ਤੁਸੀਂ ਡਿਬੇਟਸ ਵੀ ਆਉਂਦੇ। ਭਾਈਓ ਮੈਂ ਰਾਣੇ ਗੁਰਜੀਤ ਦੇ ਖਿਲਾਫ ਲੜਿਆ, ਭਾਈਓ ਕੈਪਟਨ ਸਾਹਿਬ ਨੇ ਰਾਣਾ ਗੁਰਜੀਤ ਨਾਲ ਨਿੱਜੀ ਮਾਮਲਾ ਹੋ ਗਿਆ, ਉਹ ਸਾਰੇ ਕਹਿ ਰਹੇ ਨਿੱਜੀ ਮਾਮਲਾ। ਤੁਹਾਨੂੰ ਪਤਾ ਵਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਮੇਰੇ ਖਿਲਾਫ ਸਭ ਤੋਂ ਡੇਂਜਰਸ ਡਰੱਗਸ ਦਾ ਪਰਚਾ ਦਰਜ ਕੀਤਾ, ਬਿਕਰਮ ਮਜੀਠੇ 'ਤੇ ਦਰਜ ਕੀਤਾ, ਜਿਹਦੇ ਖਿਲਾਫ ਸਬੂਤ ਸੀਗੇ, ਜਿਹੜਾ ਸੱਤਾ ਅਤੇ ਪਿੰਡਾਂ ਨੂੰ ਮਿਲਦਾ ਸੀ, ਜਿਹਦਾ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਚਾਰਜਸ਼ੀਟ ਵਿੱਚ ਨਾਮ ਆ, ਕੈਪਟਨ ਸਾਹਿਬ ਨੇ ਉਹਦੇ ਖਿਲਾਫ ਤਾਂ ਮਸਲਾ ਦਰਜ ਨਹੀਂ ਕੀਤਾ, ਮੇਰੇ ਖਿਲਾਫ ਪਰਚਾ ਦਰਜ ਕੀਤਾ, ਤੁਹਾਡੇ ਕੀ ਖਿਆਲ ਮੇਰੇ ਨਾਲ ਉਹ ਲਿਹਾਜ਼ ਕਰਦੇ ਨੇ? ਲੱਗਦਾ ਤੁਹਾਨੂੰ ਕੋਈ ਲਿਹਾਜ਼ ਨਹੀਂ? ਅਤੇ ਮੈਂ ਲਿਹਾਜ਼ ਕਰਦਾ ਉਹਨਾਂ ਦਾ? ਅਰੂਸਾ ਆਲਮ ਦਾ ਕਿਸੇ ਨੇ ਨਾਮ ਲਿਆ ਅੱਜ ਤੱਕ? ਲੈਂਦਾ ਕੋਈ? ਮੇਰੇ 'ਤੇ ਪਰਚਾ ਵੀ ਦਰਜ ਤਾਂ ਹੋਇਆ, ਕਿਉਂਕਿ ਆਏ ਮੈਂ ਨਾ, ਮੈਂ ਜਿਹਦੇ ਨਾਲ ਲੜਦਾ ਨਾ, ਮੈਂ ਵਿੱਚ ਵਿਚਾਲੇ ਨਹੀਂ ਲੜਾਈ ਰੱਖੀ। ਤੁਹਾਡੀ ਵਿਚਾਰਧਾਰਕ ਲੜਾਈ ਆ, ਨਿੱਜੀ ਲੜਾਈ? ਮੈਂ ਫਿਰ ਸਵਾਲ ਹੋਈ ਵਿਚਾਰਧਾਰਕ, ਵਿਚਾਰਧਾਰਕ ਲੜਾਈ ਆ। ਸੁਖਪਾਲ ਸਿੰਘ ਖਹਿਰਾ ਨੂੰ ਕਿਉਂ ਇਹ ਲੱਗਦਾ ਕਿ ਬਠਿੰਡੇ ਵਾਲੇ ਲੋਕ ਉਹਨਾਂ ਨੂੰ ਜਿਤਾ ਕੇ ਭੇਜਣਗੇ? ਕਿਉਂਕਿ ਮੈਂ ਪਹਿਲੀ ਗੱਲ ਸਮਝੋ, ਮੈਂ ਬਠਿੰਡੇ ਆਇਆ ਕਿਉਂ? ਮੈਂ ਜੇ MP ਬਣਨਾ ਹੁੰਦਾ ਮੈਂ ਆਨੰਦਪੁਰ ਲੜ ਲੈਂਦਾ, ਉੱਥੋਂ ਸਵੇਰੇ ਨਿਕਲ ਕੇ ਘਰੋਂ ਸ਼ਾਮ ਨੂੰ ਆ ਜਾਂਦਾ ਘਰ। ਮੈਨੂੰ ਨੋਇੰਗਲੀ ਕਿ ਬਠਿੰਡਾ ਟਫ ਸੀਟ, ਮੈਂ ਇਸ ਲਈ ਲੜ ਰਿਹਾ ਕਿਉਂਕਿ ਮੈਂ ਦੋ ਜਾਗੀਰਦਾਰ ਪਰਿਵਾਰਾਂ ਨੂੰ ਪੰਜਾਬ ਦੇ ਘਾਣ ਦੀ ਰਿਸਪੋਂਸੀਬਲ ਹੋਲਡ ਕਰਦਾ, ਬਾਦਲ ਦਾ ਪਰਿਵਾਰ ਅਤੇ ਕੈਪਟਨ ਦਾ ਪਰਿਵਾਰ, ਕਿਉਂਕਿ ਇਹ ਸਾਰਾ ਕੁਛ ਪੰਜਾਬ ਦਾ ਨੁਕਸਾਨ ਸਾਡੀਆਂ ਅੱਖਾਂ ਦੇ ਸਾਹਮਣੇ ਹੋਇਆ ਵਾ। ਮੈਂ 1985 'ਚ ਕਾਲਜ ਦੀ ਪੜ੍ਹਾਈ ਖਤਮ ਕੀਤੀ, ਪੰਜਾਬ ਰੈਵਨਿਊ ਸਰਪਲਸ ਸਟੇਟ ਸੀ, ਪੰਜਾਬ ਦੇ ਸਿਰ 'ਤੇ ਕੋਈ ਕਰਜ਼ਾ ਨਹੀਂ ਸੀ, ਸਕੂਲ ਅੱਛੇ ਸੀ, ਹੋਸਪਿਟਲ ਅੱਛੇ ਸੀ, ਪਾਣੀ ਇੰਨਾ ਸਾਫ਼ ਸੀਗਾ ਕਿ ਵਗਦੀ ਆੜ 'ਚੋਂ ਪੀ ਲਈਦਾ ਸੀ, ਚਿੱਟੇ ਦਾ ਨਾਮ ਕਦੀ ਸੁਪਨੇ 'ਚ ਵੀ ਨਹੀਂ ਸੀਗਾ, ਕਿਸਾਨਾਂ ਦੀ ਆਤਮ ਹੱਤਿਆ ਬਾਰੇ ਕਦੀ ਸੋਚਿਆ ਵੀ ਨਹੀਂ ਸੀਗਾ। ਇਹ ਸਾਰਾ ਕੁਛ ਪਿਛਲੇ 3 ਦਹਾਕਿਆਂ 'ਚ ਹੋਇਆ, ਔਰ ਇਹਨਾਂ 3 ਦਹਾਕਿਆਂ 'ਚ ਕਹਿਣ ਨੂੰ ਰਾਜ ਕਾਂਗਰਸ ਅਤੇ ਅਕਾਲੀ ਦਲ ਦਾ, ਪਰ ਰਾਜ 2 ਟੱਬਰਾਂ ਦਾ ਰਿਹਾ। ਉਦੋਂ ਤੁਸੀਂ ਉਸ ਪਾਰਟੀ 'ਚ ਹੀ ਰਹੇ ਹੋ? ਅਤੇ ਇਸ ਪਾਰਟੀ 'ਚ ਵੀ ਲੜਦਾ ਰਿਹਾ ਮੈਂ, ਕੋਈ ਲਿਹਾਜ਼ ਨਹੀਂ ਕੀਤਾ ਉੱਥੇ। ਐਂ ਵੀ ਕਿਹਾ ਜਾਂਦਾ ਕਿ ਸੁਖਪਾਲ ਸਿੰਘ ਖਹਿਰਾ ਜਿਹੜੀ ਪਾਰਟੀ ਵਿੱਚ ਹੋਣ ਉਸ ਪਾਰਟੀ ਦੇ ਖਿਲਾਫ ਹੋ ਜਾਂਦੇ, ਜੇ ਗਲਤ ਕੰਮ ਕਰਨਗੇ ਤਾਂ ਲੜੂੰਗਾ ਮੈਂ, ਚੁੱਪ ਥੋੜ੍ਹਾ ਬੈਠਾ। ਇੱਥੇ ਤਾਂ ਨਹੀਂ ਕਿਸੇ ਦੇ ਖਿਲਾਫ ਹੈਗੇ ਜਿਹੜੀ ਨਵੀਂ ਪਾਰਟੀ ਤੁਸੀਂ ਬਣਾਈ ਹੈ ਪੰਜਾਬ ਏਕਤਾ ਪਾਰਟੀ? ਬਹੁਤ ਵਧੀਆ ਸਾਡਾ ਗੱਠਜੋੜ ਹੈ, 6 ਪਾਰਟੀਜ਼ ਦਾ, ਗਰੀਬਾਂ ਦੀ ਪਾਰਟੀਆਂ, ਬਹੁਜਨ ਸਮਾਜ ਪਾਰਟੀ, ਲੋਕ ਇਨਸਾਫ ਪਾਰਟੀ, CPI, ਸਾਡੀ ਆਪਣੀ ਪਾਰਟੀ। ਕੱਲ੍ਹ ਮਾਇਆਵਤੀ ਜੀ ਦਾ ਇਕੱਠ ਦੇਖਿਆ ਤੁਸੀਂ? ਅੱਜ ਅਖਬਾਰਾਂ ਨੇ ਲਿਖਿਆ ਕਿ ਮੋਦੀ ਦਾ ਅਤੇ ਰਾਹੁਲ ਦੇ ਇਕੱਠਾਂ ਨੂੰ ਫੇਲ ਕਰਤਾ ਉਹਨੇ। ਗਰੀਬਾਂ ਦੀ ਪਾਰਟੀ ਸਾਡਾ, ਬਹੁਤ ਕੁਛ ਅੱਗੇ ਹੋਊਗਾ। ਅੱਛਾ, ਇੱਥੇ ਤੁਸੀਂ ਏਮਸ ਦਾ ਵਿਰੋਧ ਕੀਤਾ ਸੀਗਾ, ਤੁਸੀਂ ਕੋਰਟ ਵਿੱਚ ਵੀ ਚਲੇ ਗਏ ਸੀ ਜਦੋਂ ਏਮਸ ਇੱਥੇ ਆਉਣਾ ਸੀਗਾ, ਅਤੇ ਹੁਣ ਲੋਕ ਤੁਹਾਨੂੰ ਸਵਾਲ ਨਹੀਂ ਕਰਦੇ ਵੀ ਸੁਖਪਾਲ ਸਿੰਘ ਖਹਿਰਾ ਏਮਸ ਦੇ ਖਿਲਾਫ਼ ਸੀ, ਇੱਥੇ ਆ ਕੇ ਹੁੰਦੀ ਵੋਟਾਂ ਮੰਗੀਆਂ? ਪਹਿਲਾਂ ਤਾਂ ਆਪਣਾ ਫੈਕਟ ਚੈੱਕ ਕਰੋ, ਕੋਰਟ 'ਚ ਨਹੀਂ ਗਿਆ। ਨਹੀਂ ਗਏ ਸੀਗੇ? ਸਿਰਫ ਇਹ ਵਿਰੋਧ ਕੀਤਾ ਸੀਗਾ ਇਸ ਲੈਵਲ ਦਾ ਹੀ, ਕਿਉਂਕਿ ਬਾਦਲ ਸਾਹਿਬ ਨੇ ਕਪੂਰਥਲਾ ਦੇ ਡਿਪਟੀ ਕਮਿਸ਼ਨਰ ਮਿਸਟਰ ਮਾਨਗਟ ਨੂੰ ਇਹ ਕਿਹਾ ਸੀਗਾ ਕਿ ਮੈਂ ਚਾਹੁੰਦਾ ਕਿ ਪ੍ਰੋਜੈਕਟ ਪੰਜਾਬ ਦੇ ਸੈਂਟਰ 'ਚ ਲੱਗੇ, ਕੋਰਟ 'ਚ ਜਾਣ, ਵੱਡਾ ਪ੍ਰੋਜੈਕਟ, ਕੋਰਟ 'ਚ ਜਾਣ ਬਾਰੇ ਕਿਹਾ ਸੀ ਤੁਸੀਂ? ਮੈਂ ਕੋਰਟ ਚਲਾ ਜਾਵਾਂਗਾ। ਹਾਂ, ਕਿਆ ਹੋਊਗਾ, ਆਈ ਡਿਡ ਨਾਟ ਗੋ। ਮੈਂ ਉੱਥੇ MLA ਸੀਗਾ, ਮੇਰਾ ਫਰਜ਼ ਹੈ ਟੂ ਟਾਕ ਦ ਰਾਈਟ ਥਿੰਗਸ। ਜਦੋਂ ਏਮਸ ਦਾ ਇਸ਼ੂ ਆਇਆ, ਉਹ ਇੱਕ ਸਟੇਟ ਦਾ ਇੱਕ ਅੱਛਾ ਹੋਸਪਿਟਲ ਬਣਨਾ ਸੀ, ਹਰਸਿਮਰਤ ਦੇ ਸਹੁਰਾ ਸਾਹਿਬ ਨੂੰ ਪੁੱਛੋ, ਉਹਨਾਂ ਨੇ ਕਿਹਾ ਕਿ ਮੈਂ ਚਾਹੁੰਦਾ ਵਾਂ ਕਿ ਕਪੂਰਥਲਾ ਜਲੰਧਰ ਦੇ GT ਰੋਡ ਦੇ ਉੱਤੇ ਲੱਗੇ, ਔਰ DC ਮਾਂਗਟ ਨੂੰ ਇਹਨਾਂ ਨੇ ਹਦਾਇਤ ਕੀਤੀ ਜ਼ਮੀਨ ਲੱਭੋ, ਔਰ ਸਾਡਾ ਇੱਕ ਪਿੰਡ ਹੈ GT ਰੋਡ ਦੇ ਉੱਤੇ ਰਮੀਦੀ, ਉਸ ਪਿੰਡ ਦਾ ਸਰਪੰਚ ਬਲਜੀਤ ਸਿੰਘ ਮੇਰਾ ਸਰਪੰਚ ਸੀ, ਮੇਰੇ ਨਾਲ ਸੀਗਾ। ਮੈਂ ਕਿਹਾ ਉਹਨਾਂ ਕੋਲ 300 ਕਿੱਲਾ ਜ਼ਮੀਨ ਹੈ, ਮੈਂ ਕਿਹਾ ਤੁਸੀਂ ਜ਼ਮੀਨ ਫ੍ਰੀ ਆਫ ਕੋਸਟ ਦੇ ਦਿਓਗੇ ਗਵਰਨਮੈਂਟ? ਕਹਿੰਦੇ ਦੇ ਦਿਆਂਗੇ ਜੀ। ਸਰਵੇ ਹੋ ਗਿਆ, ਇੱਕ ਸਟੇਜ ਇਹੋ ਜਿਹੀ ਆ ਗਈ ਕਿ ਏਮਸ ਉੱਥੇ ਲੱਗਣਾ ਸੀ। ਸਿੰਸ ਆਈ ਵਾਜ਼ ਰਿਪ੍ਰੈਜੈਂਟਿੰਗ ਪੁਲਾਤ, ਮੇਰਾ ਫਰਜ਼ ਬਣਦਾ ਉੱਥੋਂ ਦੇ ਲੋਕਾਂ ਦੇ ਕਰਨਾ, ਔਰ ਮੈਂ ਇਸ ਲਈ ਉੱਥੇ ਕਹਿ ਰਿਹਾ ਸੀਗਾ ਕਿ ਅਗਰ GT ਰੋਡ 'ਤੇ ਲੱਗਦਾ, ਫਰਜ਼ ਕਰੋ ਤਾਂ ਪਠਾਨਕੋਟ ਦੇ ਲੋਕ, ਹੁਸ਼ਿਆਰਪੁਰ ਦੀ ਸਾਰੀ ਕੰਢੀ ਬੈਲਟ, ਬਾਰਡਰ ਏਰੀਆਜ਼ ਦੇ ਡੇਰਾ ਬਾਬਾ ਨਾਨਕ ਅਤੇ ਅਟਾਰੀ ਅਤੇ ਵਾਹਗਾ ਦੇ ਲੋਕ, 7-8 ਜ਼ਿਲ੍ਹਿਆਂ ਦੇ ਲੋਕ ਪਰਲੇ ਪਾਸੇ ਉੱਥੇ ਇਲਾਜ ਕਰਾ ਸਕਦੇ ਸੀ। ਇਸ ਲਈ ਮੇਰਾ ਬਾਦਲੀਲ ਜਿਹੜੀ ਮੈਂ ਗੱਲ ਰੱਖੀ ਸੀ, ਮੈਂ ਵਿਰੋਧ ਨਹੀਂ ਸੀ ਕੀਤਾ। ਇਹ ਥੋੜ੍ਹਾ ਕਿਹਾ ਸੀ ਕਿ ਪੰਜਾਬ ਤੋਂ ਬਾਹਰ ਚੱਲ ਜਾਵੇ ਉਹ। ਤੁਸੀਂ ਐਂ ਕਹਿ ਸਕਦੇ ਸੀ ਦੋ ਏਮਸ ਹੋ ਜਾਣੇ, ਇੱਕ ਉੱਥੇ, ਇੱਕ ਇੱਥੇ, ਅਤੇ ਹੁਣ ਘੁਆ ਲੈਣਾ, ਇੱਕ ਸਾਨੂੰ ਵੀ ਦੇ ਦਿਓ ਉੱਧਰਲੇ ਪਾਸੇ। ਅੱਛਾ, ਮੰਨ ਲਓ ਅਸੀਂ ਨਹੀਂ ਚਾਹੁੰਦੇ ਕਿ ਸੁਖਪਾਲ ਸਿੰਘ ਖਹਿਰਾ ਹਾਰ ਜਾਣ, ਮੰਨ ਲਓ ਜੇ ਸੁਖਪਾਲ ਸਿੰਘ ਖਹਿਰਾ ਦਾ ਜਿਹੜਾ ਇਹ ਸਿਆਸੀ ਨਵੀਂ ਇਨਿੰਗ ਤੁਹਾਡੀ ਸ਼ੁਰੂ ਕੀਤੀ ਹੈ ਉਹ ਸਫਲ ਨਹੀਂ ਹੁੰਦੀ, ਜਿਹੜੀ 22 ਇਲੈਕਸ਼ਨ ਹੈ ਪਲੱਸ 'ਚ ਵਾਪਸ ਜਾਣਗੇ ਸੁਖਪਾਲ?
कैप्टन अमरिंदर सिंह की 92 में चेक कर लो अपना रिकॉर्ड, खरड़ तो जमानत जब्त हुई है। सुखपाल सिंह खरड़ को डर लग गया बादलों के खिलाफ खड़े होने, डर कहता है जी। मैं इतने लोगों को यह पॉइंट रजिस्टर करवा आया कि इन्होंने स्टेट में लुटिया, इन्होंने हराना बहुत जरूरी। सुखपाल सिंह खरा आम आदमी पार्टी चो आए, उत्थे तुसी विरोधी धिर दे आगू रहे हो, इत्थे 5 MLA आम आदमी पार्टी दे सीगे जो पहला सी, हुण तां चलो विचो कन्वर्ट भी हो गए, 2 सीटां कांग्रेस को लिया, 2 अकालियां को लिया। सुखपाल सिंह खरा नूं कीड़ी वोट का ज़्यादा इंतजार है, आम आदमी पार्टी का शफल होकर वोट तुहाडे कोले आऊगा जां जिहड़ा बादलां नाल नाराज़ आ वोट वह तुहाडे कोले आऊगा? मैं इस तरह नहीं चल रहा, मैं अपना पक पेश कर रहा, पक मैं इशू बेस्ड सारे लैक्चर है, मेरी सारी तकरीर सुनो तुसीं जाके। तो मैं लगता कि जेडे लोग पंजाब के हितैषी ने जेडे सच का साथ देंगे वो सारे वोट पाउंगे, अपन अकाली भी पाउंगे, कांग्रेस वाले बड़ा फोन करते मैं कि असीं तुहाडियां गल्लां नूं पसंद करते हैं, कांग्रेसी हले 3 साल सरकार आ, बैठांगे असीं कांग्रेस पा वोट तुहानूं पावांगे। खैरा साहब एक होर छोटा जिहा वक्फा लवांगे, वक्फे तो बाद कुछ होर सवाल जरूर करांगा, क्योंकि सुखपाल सिंह खैरा हरा कोल वक्त घट हैगा, पर इस घट वक्त विच वड्डे सवाल पुछने लाजमी है कि कोशिश करांगे होर सवालों का जवाब सुखपाल सिंह खैरा दे दा। ਬਠਿੰਡਾ ਦੇ ਵਿੱਚ ਅਕਸਰ ਲੰਬੀ ਡਿਸਾਈਡਿੰਗ ਫੈਕਟਰ ਰਿਹਾ, ਜੇ ਤੁਸੀਂ ਸਾਰਾ ਸਟੱਡੀ ਕੀਤਾ ਹੋਊਗਾ, ਤੁਸੀਂ ਉੱਥੇ ਜਾ ਕੇ ਵੀ ਹੋ ਲੰਬੀ ਵਿੱਚ, ਲੰਬੀ ਦੇ ਵਿੱਚ ਕਹਿੰਦੇ ਸੁਖਪਾਲ ਸਿੰਘ ਖਹਿਰਾ ਦੀ ਰੇਸ ਬੜੀ ਲੰਬੀ ਹੈਗੀ ਆ, ਉੱਥੇ ਸੁਖਪਾਲ ਸਿੰਘ ਖਹਿਰਾ ਦਾ ਨਾਮ ਨਹੀਂ ਹੋ ਸਕਦਾ? ਬਹੁਤ ਫਰਕ ਹੈ, ਬਹੁਤ ਫਰਕ ਜਿਹੜਾ ਅੱਗੇ ਇਹਨਾਂ ਨੇ ਪਤਾ ਨਹੀਂ 34-35,000 ਦਾ ਫਰਕ ਰਿਹਾ ਸੀ, ਉਹ ਨਹੀਂ ਲੱਭਦੇ ਹੋਣੇ, ਅਤੇ ਬਠਿੰਡਾ ਸ਼ਹਿਰੀ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਦਾ ਕੀ ਰੋਲ? ਸ਼ਹਿਰ ਦੇ ਵਿੱਚ ਵੀ ਹੋ ਸਕਦਾ ਥੋੜ੍ਹਾ ਬਹੁਤਾ, ਪਰ ਬਾਏ ਐਂਡ ਲਾਰਜ ਮੈਨੂੰ ਸਾਰੇ ਸੈਕਸ਼ਨ ਸੁਸਾਇਟੀ ਦੇ ਵੋਟ ਪਾਉਣ, ਮੈਂ ਜੋ ਸੜਕ 'ਤੇ ਲੰਘਦਾ ਸਭ ਹੱਥ ਮਾਰਦੇ, ਦੁਕਾਨਾਂ ਤੋਂ ਲੰਘਦਾ ਸਭ ਮਾਣ ਸਤਿਕਾਰ। ਆਈ ਥਿੰਕ ਕਿ ਲੋਕ ਜਿਹੜੇ ਨੇ ਡਿਸਕਨੈਕਟਡ ਲੋਕ ਨੇ, ਹੁਣ ਸਾਰੇ ਦਾ ਪਾਰਟੀਆਂ ਨਾਲ ਵੱਜੇ ਨਹੀਂ ਨਾ ਹੁੰਦੇ, ਜਿਹੜੀ ਫਲੋਟਿੰਗ ਵੋਟਰ ਹੈ ਉਹ ਮੇਰੀ ਕੰਮ ਦੀ ਸ਼ਲਾਘਾ ਕਰਦਾ। ਆਖਰੀ 48 ਘੰਟੇ 'ਤੇ ਨਜ਼ਰ ਆ ਸੁਖਪਾਲ ਸਿੰਘ ਖਹਿਰਾ ਦੀ, ਉਹਦੇ 'ਚ ਕੀ ਹੁੰਦਾ? ਪੈਸੇ ਤੁਸੀਂ ਫਲੋਟਿੰਗ ਵੋਟ ਕਹਿ ਰਹੇ ਹੋ? ਨਹੀਂ, ਫਲੋਟਿੰਗ ਵੋਟ ਜਿਹੜੀ ਫਲੋਟ ਜਿਹੜੀ ਵੋਟ ਅਟੈਚ ਨਹੀਂ, ਅੱਛਾ ਜਿਹੜੀ ਵੋਟ ਕਾਂਗਰਸ ਨਾਲ ਪੱਕੀ ਨਹੀਂ ਬੱਜੀ, ਜਿਹੜੀ ਅਕਾਲੀਆਂ ਨਾਲ ਪੱਕੀ ਨਹੀਂ ਬੱਜੀ, ਜਿਹੜੀ ਲੋਟ ਜਿਹੜੀ ਵੋਟ ਇੰਡੀਪੈਂਡੈਂਟ ਹੈ ਉਹ ਮੇਰੇ ਨਾਲ ਪਿਆਰ ਕਰਦਾ। ਸੁਖਪਾਲ ਸਿੰਘ ਖਹਿਰਾ ਨੂੰ ਜੇ ਕਿਹਾ ਜਾਵੇ ਵੀ ਇੱਕ ਵੱਡਾ ਟਾਸਕ ਬਠਿੰਡਾ ਲਈ, ਸੁਖਪਾਲ ਸਿੰਘ ਖਹਿਰਾ ਕਿਹੜਾ ਲੈ ਕੇ ਆ ਸਕਦੇ ਆ? ਬਠਿੰਡਾ ਸ਼ਹਿਰ ਲਈ ਆਪਾਂ ਗੱਲ ਕਰ ਲਈਆਂ, ਚਲੋ ਇਲਾਕੇ ਨੂੰ ਫਾਇਦਾ ਹੋਊਗਾ। ਆਈ ਥਿੰਕ ਇੱਥੇ IT ਇੰਡਸਟਰੀ ਬਹੁਤ ਜ਼ਰੂਰਤ ਹੈ, ਇੱਥੇ ਜ਼ਮੀਨ ਦੀ ਕੋਈ ਕਮੀ ਨਹੀਂ ਗੀ, ਅਗਰ ਇੱਥੇ ਇਨਫੋਰਮੇਸ਼ਨ ਟੈਕਨੋਲੋਜੀ ਦਾ ਕੰਮ ਚਲਾਇਆ, ਕਿਉਂਕਿ ਸਾਡੇ ਬੱਚੇ ਜਾ ਰਹੇ ਨੇ ਪੜ੍ਹਨ ਚੇਨਈ, ਫਰੀਦਾਬਾਦ ਕਰਦੇ ਨੇ ਜੋਬਸ, ਗੁੜਗਾਓਂ ਜੋਬਸ ਕਰਦੇ ਨੇ, ਉੱਥੇ ਐਵੇਂ 10-10, 15-15, 20-20,000 ਰੁਪਏ ਕਮਾਉਂਦੇ। ਇੱਕ ਤਾਂ IT ਇੰਡਸਟਰੀ ਚਾਹੀਦੀ ਇੱਥੇ, ਇੱਕ ਇੰਪਲੋਇਮੈਂਟ ਦੀ ਓਪਰਚੁਨਿਟੀਜ਼ ਕ੍ਰੀਏਟ ਕਰਨ ਦੀ ਲੋੜ ਹੈ, ਕਿਸਾਨਾਂ ਦਾ ਸੁਸਾਈਡਸ ਨੂੰ ਕੁਛ ਇਹਦਾ ਟੈਕਲ ਕਰਨਾ ਪਊ, ਕੈਂਸਰ ਨੂੰ ਕੁਛ ਹੱਥ ਪਾਉਣਾ ਪਊਗਾ, ਇਹ ਸਾਰੇ ਇਸ਼ੂਜ਼ ਬਹੁਤ ਬਣੇ, ਇਕੱਲਾ ਇੱਕ ਡਿਸੀਜ਼ਨ ਬਹੁਤ ਕੁਛ ਕਰਨ ਵਾਲਾ। ਲੋਕ ਇਹ ਸਵਾਲ ਕਰਦੇ ਕਿ ਲੀਡਰ ਆਪ ਤਾਂ ਬਾਹਰ ਪੜ੍ਹਦੇ ਆ, ਸਾਨੂੰ ਕਹਿੰਦੇ ਵੀ ਅਸੀਂ ਤੁਹਾਡੇ ਲਈ ਇੱਥੇ ਆ ਕਰਾਂਗੇ, ਕਿ ਕੀ ਮਸਲਾ? ਕਿੱਥੇ ਪੜ੍ਹੇ ਲੀਡਰ? ਕਹਿੰਦੇ ਸਾਰੇ ਬਾਹਰ ਪੜ੍ਹੇ, ਮਨਪ੍ਰੀਤ ਅਤੇ ਸੁਖਬੀਰ ਬਾਹਰ ਪੜ੍ਹੇ ਨੇ, ਇਹ ਲੋਕ ਪੜ੍ਹਦੇ ਨੇ, ਇਹਨਾਂ ਦੇ ਕੈਂਸਰ ਦਾ ਇਲਾਜ ਵੀ ਅਮਰੀਕਾ 'ਚ ਹੋਇਆ ਸਾਰਾ, ਬੀਬੀ ਬਾਦਲ ਦਾ ਅਤੇ ਸਨੀ ਬਰਾੜ ਦਾ, ਅਤੇ ਗਰੀਬਾਂ ਨੂੰ ਕਹਿੰਦੇ ਜਾ ਕੇ ਬੀਕਾਨੇਰ ਕਰਾ ਲਓ। ਇਹ ਸਾਰਾ ਜਿਹੜਾ ਵਿਤਕਰਾ ਹੈ ਨਾ, ਇਹ ਜਿਹੜੀ ਇਲੀਟ ਕਲਾਸ ਆ ਜਿਹੜੀ ਪੋਲੀਟੀਸ਼ੀਅਨ ਦੀ, ਇਹ ਉਹਨਾਂ ਨੇ ਬੇੜਾ ਗਰਕ ਕੀਤਾ, ਤਾਂ ਹੀ ਉਹ ਤਾਂ ਅਸੀਂ ਕਹਿ ਰਹੇ ਹਾਂ ਕਿ ਅਸੀਂ ਇਸ ਨੂੰ ਸਾਰੀ ਨੂੰ ਠੀਕ ਕਰਨ ਦਾ ਉਪਰਾਲਾ ਕਰਾਂਗੇ, ਆਓ ਸਾਡਾ ਸਾਥ ਦਿਓ ਸਰ। ਸੁਖਪਾਲ ਸਿੰਘ ਖਹਿਰਾ ਬਰਗਾੜੀ ਕਾਂਡ 'ਤੇ ਵੋਟਾਂ ਕਿਉਂ ਮੰਗ ਰਹੇ ਜ਼ਿਆਦਾ? ਨਹੀਂ, ਵੋਟਾਂ ਉਸ ਬਰਗਾੜੀ ਕਾਂਡ 'ਤੇ ਨਹੀਂ ਮੰਗ ਰਿਹਾ, ਮੈਂ ਬੇਅਦਬੀ ਦਾ ਇਸ਼ੂ ਦਾ ਸ਼ੀਸ਼ਾ ਦਿਖਾ ਰਿਹਾ ਅਕਾਲੀਆਂ ਨੂੰ, ਕਿ ਸਾਰੀ ਜ਼ਿੰਦਗੀ ਤੁਸੀਂ ਪੰਥ ਦੇ ਨਾਮ 'ਤੇ ਵੋਟਾਂ ਲਈਆਂ, ਧਰਮ ਦੇ ਨਾਂ 'ਤੇ ਵੋਟਾਂ ਲਈਆਂ, ਅਤੇ ਜਦੋਂ ਪਰਖ ਦੀ ਘੜੀ ਆਈ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਪਿੱਠ ਦਿਖਾ ਕੇ ਭੱਜ ਗਏ ਤੁਸੀਂ, ਸਾਡੇ 2 ਸਿੱਖ ਨੌਜਵਾਨ ਮਾਰੇ ਗਏ ਨੇ, ਉਹਨਾਂ ਦੇ ਜਿਹੜਾ ਪੁਲਿਸ ਵਾਲਿਆਂ ਨੂੰ ਗੋਲੀ ਮਾਰੀ, ਇਹ ਉਹਨਾਂ ਨਾਲ ਖੜੇ ਨੇ, ਮੈਂ ਇਨਸਾਫ਼ ਦੀ ਲੜਾਈ ਲੜ ਰਿਹਾ ਹਾਂ। ਕਾਂਗਰਸ ਨੇ ਠੀਕ ਕੰਮ ਕੀਤਾ 2-2.5 ਸਾਲ? ਸਰਾਸਰ ਗਲਤ, ਹਰ ਪੱਖ 'ਤੇ ਫੇਲ, ਝੂਠੇ ਗੁਟਕਾ ਸਾਹਿਬ ਫੜ ਕੇ ਅੱਗੇ 4 ਲੱਖ ਨੌਕਰੀ ਦਿੱਤੀ। ਨਹੀਂ, ਮੈਂ ਬਰਗਾੜੀ ਕਾਂਡ ਦਾ ਜ਼ਿਕਰ ਕਰ ਰਿਹਾ ਸੀ, ਉਹਦੇ 'ਤੇ ਵੀ ਫੇਲ ਹੈ। 2.25 ਸਾਲ ਅੱਗੇ ਕੀ ਐਕਸ਼ਨ ਹੋਇਆ? SIT ਬਣਾ ਦਿੱਤੀ, ਕਮਿਸ਼ਨ ਬਣਾ ਦਿੱਤਾ, ਫਲਾਨਾ ਬਣਾ ਦਿੱਤਾ, ਫਲਾਨਾ ਬਣਾ ਦਿੱਤਾ, ਲੋਕ ਦਾ ਰਿਜ਼ਲਟ ਚਾਹੁੰਦੇ ਨੇ, ਜਿਹੜੇ ਅਸਲ ਗੁਨਾਹਗਾਰ ਨੇ। ਦੇਖੋ ਗੋਲੀ ਚੱਲੀ ਹੈ, ਇਕੱਲੇ ਚਰਨਜੀਤ ਸ਼ਰਮਾ ਨੇ ਨਹੀਂ ਗੋਲੀ ਚਲਾਈ, ਉਹਨੂੰ ਕਿਸੇ ਨੇ ਹੁਕਮ ਕੀਤਾ, ਕਿਹੜੇ IG ਨੇ ਕੀਤਾ, ਉਸ IG ਨੂੰ ਕਿਹਨੇ ਕੀਤਾ, DG ਨੇ, DG ਨੂੰ ਕਿਹਨੇ ਕੀਤਾ, ਕਿਉਂਕਿ ਕਮਿਸ਼ਨ ਦੀ ਰਿਪੋਰਟ ਮੁਤਾਬਕ, ਸੁਮੇਧ ਸਿੰਘ ਸੈਣੀ ਦੇ ਐਫੀਡੇਵਿਟ ਮੁਤਾਬਕ, ਇਹ ਜਿਹੜਾ ਹੈਗਾ ਵਾ 14 ਅਕਤੂਬਰ 2015 ਨੂੰ ਬਾਦਲ ਦਾ ਸਵੇਰੇ 2 ਵਜੇ ਤੜਕੇ ਸੈਣੀ ਨੂੰ ਫੋਨ ਗਿਆ, ਉੱਧਰ ਹੀ 6:15 ਕੋਟਕਪੂਰੇ ਗੋਲੀ ਚੱਲ ਗਈ, ਅਤੇ ਉੱਧਰ ਹੀ 9:15 ਬਰਗਾੜੀ 'ਚ ਚੱਲ ਗਈ। ਇਹਦਾ ਮਤਲਬ ਆ ਕਿ ਗੋਲੀ ਬਾਦਲ ਦੇ ਹੁਕਮ ਨਾਲ ਚੱਲੀ। ਮੈਨੂੰ ਪਤਾ ਤੁਹਾਡਾ ਸ਼ਡਿਊਲ ਟਾਈਟ ਹੈ, ਥੋੜ੍ਹਾ 4-5 ਮਿੰਟ ਹੋਰ ਲਊਂਗਾ। ਸੁਖਪਾਲ ਸਿੰਘ ਖਹਿਰਾ, ਅਰਵਿੰਦ ਕੇਜਰੀਵਾਲ ਪੰਜਾਬ ਦੇ ਵਿੱਚ ਆਏ ਹੋਏ, ਡੇਰੇ ਲਾਏ ਉਹਨਾਂ ਨੇ, ਅਰਵਿੰਦ ਕੇਜਰੀਵਾਲ ਤੋਂ ਕੋਈ ਉਮੀਦ ਹੈ ਪੰਜਾਬ ਨੂੰ ਹੁਣ, ਜਾਂ ਸੁਖਪਾਲ ਸਿੰਘ ਖਹਿਰਾ ਨੂੰ ਪਾਸੇ ਕਰਤਾ ਇਸ ਲਈ ਕੋਈ ਉਮੀਦ ਨਹੀਂ? ਕੇਜਰੀਵਾਲ ਇੱਕ ਮਜ਼ਾਕ ਦਾ ਬਾਇਸ ਬਣ ਗਿਆ,
ਇਹਨੇ ਜਦੋਂ ਵਿਕਰਮ ਮਜੀਠੀਆ ਤੋਂ ਮਾਫ਼ੀ ਮੰਗ ਲਈ ਸੀ ਨਾ, ਉਦੋਂ ਹੀ ਪੰਜਾਬ 'ਚ ਖਤਮ ਹੋ ਗਿਆ ਸੀਗਾ। ਹੁਣ ਤਾਂ ਬਿਲਕੁਲ ਸਿਰਾ ਹੀ ਲਾਤਾ, ਕਾਂਗਰਸ ਦੀਆਂ ਇੰਨੀਆਂ ਮਿੰਨਤਾਂ ਕੱਢੀਆਂ ਗੱਠਜੋੜ ਲਈ, ਉਹਨਾਂ ਨੇ ਤਾਂ ਕੀਤਾ ਨਹੀਂ, ਹੁਣ ਚੁਟਾਲਿਆਂ ਨੇ ਕਰ ਲਿਆ ਵਾ। ਜਿਹੜਾ ਬੰਦਾ ਬੱਚਿਆਂ ਦੀ ਸੌਂਹ ਖਾਂਦਾ ਸੀ ਕਿ ਮੈਂ ਕਿਸੇ ਨਾਲ ਗੱਠਜੋੜ ਨਹੀਂ ਕਰੂੰਗਾ, ਮੈਂ ਤਾਂ ਸੱਤਾ ਪਰਿਵਰਤਨ ਨਹੀਂ ਕਰਨ ਆਇਆ, ਮੈਂ ਵਿਵਸਥਾ ਪਰਿਵਰਤਨ ਕਰਨ ਆਇਆ, ਅਤੇ ਸਾਰਿਆਂ ਤੋਂ ਕਰਪਟ ਬੰਦਿਆਂ ਦੇ ਪੈਰਾਂ 'ਚ ਡਿੱਗ ਗਿਆ ਜਾ ਕੇ। ਕੇਜਰੀਵਾਲ ਹੈਜ਼ ਨੋ ਫਿਊਚਰ ਇਨ ਪੰਜਾਬ ਐਟ ਆਲ। ਪ੍ਰੋਫੈਸਰ ਬਲਜਿੰਦਰ ਕੌਰ ਤੋਂ ਕੋਈ ਥ੍ਰੈਟ ਹੈ? ਨਹੀਂ, ਪੋਲੀਟੀਕਲ ਬਲਜਿੰਦਰ ਕੌਰ ਜਿਹੜੀ ਹੈ ਨਾ, ਉਹ ਲੜਦੇ ਤਾਂ ਅਸੀਂ ਰਹਿ ਗਏ ਕਾਂਗਰਸ ਨਾਲ, ਕੈਪਟਨ ਨਾਲ, ਮਜੀਠੀਏ ਨਾਲ, ਤੁਹਾਡੇ ਸੁਖਬੀਰ ਬਾਦਲ ਨਾਲ, ਅਤੇ ਸਾਨੂੰ ਤਾਂ ਆਪਣੇ ਵਿਆਹ 'ਤੇ ਵੀ ਨਹੀਂ ਸੱਦਿਆ। ਵਿਆਹ 'ਤੇ ਸੱਦ ਲਿਆ ਸੁਖਬੀਰ ਬਾਦਲ ਨੂੰ ਅਤੇ ਮਜੀਠੀਆਂ ਨੂੰ, ਆਸ਼ੀਰਵਾਦ ਉਹਨਾਂ ਤੋਂ ਲੈ ਲਿਆ, ਅਤੇ ਸ਼ਗਨ ਜਾ ਕੇ ਕੈਪਟਨ ਸਾਹਿਬ ਤੋਂ ਲੈ ਲਿਆ। ਉਹ ਹੁਣ ਇਹਨਾਂ ਤਿੰਨਾਂ ਦੀ ਸਾਂਝੀ ਉਮੀਦਵਾਰ ਹੈ। ਤੁਹਾਡੇ ਨਾਲ ਜਿਹੜੇ ਐੱਮ ਐੱਲ ਏ ਤੁਰੇ ਸੀਗੇ, ਉਹਨਾਂ ਨੇ ਕਿੱਥੋਂ ਕਿੱਥੋਂ ਸ਼ਗਨ ਪਵਾਇਆ? ਕਿਤੋਂ ਵੀ ਨਹੀਂ ਪਵਾਇਆ, ਸਾਰੇ ਨਾਲ ਹੈ। ਬਿਲਕੁਲ ਨਾਲ, 100% ਸਾਰੇ ਨਾਲ ਹੈ। ਕਿ ਉਹਨਾਂ ਦੀ ਕੋਈ ਮਜਬੂਰੀ ਹੈ ਤੁਹਾਡੇ ਨਾਲ ਆ ਨਹੀਂ ਰਹੇ? ਨਹੀਂ, ਸਾਰੇ ਸਾਡੇ ਨਾਲ ਜਾਂਦੇ ਨੇ। ਹੁਣ ਮੈਂ ਦੇਖੋ, ਜਿਹੜੇ ਬਠਿੰਡੇ ਦੇ ਰੈਲੇਵੈਂਟ, ਜਿਹਨਾਂ ਦੇ ਪਿੰਡਾਂ ਵਿੱਚ ਏਰੀਆ ਫਾਲ ਕਰਦਾ, ਮੈਂ ਉਹਨਾਂ ਨੂੰ ਲਿਜਾਊਂਗਾ। ਹੁਣ ਕੰਵਰ ਸੰਧੂ ਸਾਹਿਬ ਆਪਣੇ ਇਲਾਕੇ 'ਚ ਖਰੜ 'ਚ ਕੰਮ ਕਰ ਰਹੇ ਨੇ, ਐਵੇਂ ਮੈਂ ਸਾਰਿਆਂ ਨੂੰ ਇੱਥੇ ਭਜਾਈ ਜਾਵਾਂ, ਲੋੜ ਹੀ ਕੋਈ ਨਹੀਂ। ਤੁਹਾਡੇ ਮੈਂ ਭਾਸ਼ਣਾਂ 'ਚ ਸੁਣਦਾ ਪਿਆ ਲੱਗਾ ਤਾਂ ਤੁਸੀਂ ਕੈਨੇਡਾ ਅਮੈਰੀਕਾ ਦਾ ਬੜਾ ਜ਼ਿਕਰ ਕਰਦੇ ਪਏ, ਪੈਨਸ਼ਨ ਦਾ ਵੀ ਹਵਾਲਾ ਦੇ ਰਹੇ ਹੋ। ਐਨਆਰਆਈਜ਼ ਤੁਹਾਡੇ ਨਾਲ ਬਹੁਤ ਸਪੋਰਟ ਕਰ ਰਿਹਾ, ਆਮ ਆਦਮੀ ਪਾਰਟੀ ਵੀ ਇਹ ਗੱਲ ਮੰਨਦੀ ਪਈ ਹੈਗੀ ਹੈ, ਐਨਆਰਆਈਜ਼ ਦੀ ਵਜ੍ਹਾ ਕਰਕੇ ਸੁਖਪਾਲ ਸਿੰਘ ਖਹਿਰਾ ਮੈਦਾਨ ਵਿੱਚ ਆ, ਜਾਂ ਸੁਖਪਾਲ ਸਿੰਘ ਖਹਿਰਾ ਬਾਦਲਾਂ ਦੇ ਖਿਲਾਫ ਲੜਾਈ ਲੜਨ ਕਰਕੇ ਮੈਦਾਨ? ਆਪਣਾ ਕੰਮ ਕਰ ਰਿਹਾ, ਕੌਣ ਮੇਰੀ ਸਪੋਰਟ ਕਰਦਾ ਕੌਣ ਨਹੀਂ ਸਪੋਰਟ ਕਰਦਾ ਉਹ ਮੇਰਾ ਕੰਮ ਨਹੀਂ। ਮੇਰਾ ਕੰਮ ਹੈ ਇਸ਼ੂ ਬੇਸਡ ਪੋਲੀਟਿਕਸ ਨੂੰ ਉਠਾਉਣਾ, ਅਤੇ ਤਾਕਤਵਰ ਅਤੇ ਕਰਪਟ ਬੰਦਿਆਂ ਦੇ ਖਿਲਾਫ ਲੜਨਾ। ਹੁਣ ਜੇ ਐਨਆਰਆਈਜ਼ ਮੇਰੀ ਸਪੋਰਟ ਕਰਦੇ, ਇਹਨਾਂ ਦਾ ਢਿੱਡ ਬੜਾ ਦੁਖਦਾ ਸਾਰਿਆਂ ਦਾ। ਜੇ ਇਹੀ ਐਨਆਰਆਈ ਅਕਾਲੀਆਂ ਦੀ ਸਪੋਰਟ ਕਰਨ, ਫਿਰ ਐਨਆਰਆਈ ਬੜੇ ਚੰਗੇ ਨੇ। ਕਾਂਗਰਸ ਸਪੋਰਟ ਕਰਨ, ਫਿਰ ਐਨਆਰਆਈ ਬੜੇ ਚੰਗੇ ਨੇ। ਆਹ ਕੇਜਰੀਵਾਲ ਦੀ ਸਪੋਰਟ ਕਰਨ, ਫਿਰ ਬਹੁਤ ਚੰਗੇ ਨੇ। ਜੇ ਖਹਿਰੇ ਦੀ ਸਪੋਰਟ ਕਰ ਦੇਣ, ਫਿਰ ਕੋਈ ਕਹਿੰਦਾ ਪੈਸੇ ਲੈ ਰਿਹਾ ਜੀ, ਬਸ ਜੀ ਡਾਲਰ ਆ ਗਏ ਜੀ, ਲਓ ਮੇਰੀ ਚੁਣੌਤੀ ਆ, ਇਹਨਾਂ ਕੋਲ ਕਰੋ ਇਨਕੁਆਇਰੀ। ਜੇ ਬੰਦੇ ਦੇ ਪੋਤਿਆਂ ਕੋਲ ਕਰੋ ਇਨਕੁਆਇਰੀ, ਦੱਸਣ ਕਿੱਥੋਂ ਆਏ ਨੇ, ਕਿਹਦੇ ਕੋਲੋਂ ਮੈਂ ਗਲਤ ਫੰਡਿੰਗ ਲਈ। ਸੋ ਇਹ ਸਾਰਾ ਫਾਲਸ ਪ੍ਰੋਪਗੈਂਡਾ, ਜਸਟ ਬਿਕੋਜ਼ ਉਹਨਾਂ ਨੂੰ ਹੁਣ ਕੇਜਰੀਵਾਲ ਨੂੰ ਇੱਕ ਦੁੱਖੀ ਨਹੀਂ ਦਿੰਦਾ ਪੰਜਾਬ ਦਾ ਐਨਆਰਆਈ। ਜਿਹੜੇ ਨਾਰੇ ਲੱਗਦੇ ਆ ਖਾਲਿਸਤਾਨ ਪੱਖੀ, ਤੁਸੀਂ ਹਮਾਇਤ ਕਰਦੇ ਉਹਨਾਂ ਦੀ? ਮੈਂ ਕਦੇ ਵੀ ਨਹੀਂ ਕੀਤੀ, ਕਦੇ ਵੀ ਨਹੀਂ ਕੀਤੀ। ਜਿਹੜੇ ਨਾਰੇ ਇੱਥੇ ਲੱਗਦੇ ਸੀਗੇ ਰਾਸ਼ਟਰਵਾਦ ਦੇ, ਵੈਸੇ ਪੰਜਾਬ ਵਿੱਚ ਇੰਨਾ ਰਾਸ਼ਟਰਵਾਦ ਦਾ ਰੋਲ ਦਿਖਦਾ ਨਹੀਂ ਹੈਗਾ ਜੋ ਨੈਸ਼ਨਲ ਲੈਵਲ 'ਤੇ ਕੰਪੇਨ ਚੱਲਦੀ ਪਈ ਹੈ। ਸੁਖਪਾਲ ਸਿੰਘ ਖਹਿਰਾ ਨੇ ਇੱਕ ਬਿਆਨ ਦਿੱਤਾ ਸੀ ਪੁਲਵਾਮਾ ਅਟੈਕ 'ਤੇ, ਉਹਦਾ ਕੋਈ ਰਿਗਰੈਟ ਹੈ ਸੁਖਪਾਲ ਸਿੰਘ ਖਹਿਰਾ? ਨੋਟ ਐਟ ਆਲ। ਜੋ ਮੈਂ ਕਹਿੰਦਾ ਜ਼ਿੰਦਗੀ 'ਚ ਪੂਰਾ ਠੋਕ ਵਜਾ ਕੇ ਕਹਿੰਦਾ, ਮੈਂ ਜਿਹੜੀ ਗੱਲ ਕੀਤੀ ਦਲੀਲ ਨਾਲ ਕੀਤੀ, ਮੀਡੀਆ ਨੇ ਉਹਦੇ 'ਚ ਉਹਨਾਂ ਚੱਕ ਕੇ ਜਿਹੜਾ ਮੈਂ ਕੰਡੈਮਨੇਸ਼ਨ ਕੀਤੀ ਅਟੈਕ ਦੀ, ਉਹ ਨਹੀਂ ਚੁੱਕਿਆ। ਜਿਹੜਾ ਹਿੱਸਾ ਉਨਾ ਕੁ ਕਿ ਕਸ਼ਮੀਰ ਵਿੱਚ ਜਾਤੀਆਂ ਹੋ ਗਈਆਂ, ਉਹ ਚੁੱਕ ਕੇ ਪੇਸ਼ ਕਰਤਾ। ਮੈਂ ਇੱਦਾਂ ਡਰਦਾ ਨਹੀਂ ਗਾ, ਮੈਂ ਇਨ ਜਦੋਂ ਮੈਂ ਕੋਈ ਗੱਲ ਐਕਸਪਲੇਨ ਕਰਦਾ, ਮੈਂ ਉਹਨੂੰ ਫਿਰ ਫੈਕਟਸ ਦੇ ਨਾਲ ਐਕਸਪਲੇਨ ਕਰਦਾ। 2022 ਦਾ ਪਲਾਨ ਤੁਸੀਂ ਪਹਿਲਾਂ ਹੀ ਦੱਸਤਾ ਕਿ ਮੈਂ 5 ਸੀਟਾਂ ਦਊਂਗਾ ਐਨਆਰਆਈਜ਼ ਨੂੰ। ਹਾਂ, ਅਤੇ ਸਾਡੇ ਪਾਰਟੀ ਦਾ ਮੈਨੀਫੈਸਟੋ ਆ, ਅਸੀਂ ਆਪਣੀ ਪਾਰਟੀ ਦਾ ਰੋਡ ਮੈਪ ਦੇ ਰਹੇ ਲੋਕਾਂ ਨੂੰ, ਇਹਦੇ 'ਚ ਕੀ ਦੱਸਣ ਸਰ ਜੀ? ਚਲੋ, ਸੁਖਪਾਲ ਸਿੰਘ ਖਹਿਰਾ ਬਹੁਤ ਸ਼ੁਕਰੀਆ, ਤੁਸੀਂ ਵਕਤ ਕੱਢਿਆ। 6 ਭੈਣਾਂ ਦੇ ਇਕੱਲੇ ਭਰਾ ਸੁਖਪਾਲ ਸਿੰਘ ਖਹਿਰਾ ਜਿੱਥੇ ਤੱਕ ਮੈਨੂੰ ਜਾਣਕਾਰੀ ਹੈ। ਤੁਹਾਨੂੰ ਆਲ ਦਾ ਬੈਸਟ ਇਲੈਕਸ਼ਨਸ ਦੇ ਲਈ, ਸੁਖਪਾਲ ਸਿੰਘ ਖਹਿਰਾ। ਸੁਖਪਾਲ ਸਿੰਘ ਖਹਿਰਾ ਕੋਲ ਸ਼ਾਇਦ ਅੱਜ ਜਵਾਬ ਨਹੀਂ ਹੈਗਾ, ਪਰ ਜਦੋਂ ਜਵਾਬ ਉਹਨਾਂ ਕੋਲ ਹੋਵੇਗਾ ਉਦੋਂ ਵੀ ਅਸੀਂ ਉਹਨਾਂ ਦਾ ਇੰਟਰਵਿਊ ਜ਼ਰੂਰ ਕਰਾਂਗੇ। ਸਵਾਲ ਬਹੁਤ ਸਾਰੇ ਹੈਗੇ ਆ ਸੁਖਪਾਲ ਸਿੰਘ ਖਹਿਰਾ 'ਤੇ, ਇਹ ਸਵਾਲ ਵੀ ਹੈਗਾ ਕਿ ਉਹ ਆਪਦਾ ਭੁਲੱਥ ਇਲਾਕਾ ਛੱਡ ਕੇ ਇੱਥੇ ਆ ਗਏ ਹੈਗੇ ਆ, ਪਰ ਇਹ ਪੰਜਾਬ ਦੇ ਵਿੱਚ ਅਕਸਰ ਇਹ ਹੋ ਰਿਹਾ, ਵਿਧਾਇਕ ਵੀ ਚੋਣਾਂ ਲੜ ਰਹੇ ਹੈਗੇ ਆ ਅਤੇ ਕਈ ਵਿਧਾਇਕੀ ਛੱਡ ਕੇ ਚੋਣਾਂ ਲੜ ਰਹੇ ਹੈਗੇ ਆ, ਕਈ ਬਾਗੀ ਹੋ ਕੇ ਚੋਣਾਂ ਲੜ ਰਹੇ ਆ। ਸੁਖਪਾਲ ਸਿੰਘ ਖਹਿਰਾ ਵੀ ਉਹਨਾਂ ਵਿੱਚੋਂ ਇੱਕ ਨਾਮ ਪੈ ਗਿਆ। ਸੁਖਪਾਲ ਸਿੰਘ ਖਹਿਰਾ ਇੱਕ ਚੰਗੇ ਸਪੀਕਰ ਨੇ, ਪਰ ਇੱਕ ਚੰਗਾ ਸਪੀਕਰ ਹੋਣ ਦੇ ਨਾਤੇ ਕੀ ਉਹਨਾਂ ਨੂੰ ਵੋਟਾਂ ਹਾਸਲ ਹੋਣਗੀਆਂ, ਇਹ ਸਵਾਲ ਬਰਕਰਾਰ ਹੈ, ਕਿਉਂਕਿ ਬਠਿੰਡਾ ਦੇ ਲੋਕ ਆ ਜਿਹੜੇ ਉਹ ਮਾਲਵਾ ਪੱਟੀ ਦੇ ਲੋਕ ਹੈ, ਪਲੱਥ ਤੋਂ ਆਏ, ਇਸ ਨੇਤਾ ਨੂੰ ਕਿੰਨਾ ਪਸੰਦ ਕਰਦੇ ਆ ਇਹ ਦੇਖਣਾ ਹੋਵੇਗਾ। 2019 ਦੀ ਜੰਗ ਹੈ ਜਿਹੜੀ, ਉਸ ਵਿੱਚ ਹੋਰ ਸਿਆਸਤਦਾਨ ਵੀ ਸਾਡੇ ਨਾਲ ਸ਼ਾਮਿਲ ਹੋਣਗੇ। ਫਿਲਹਾਲ ਅੱਜ ਲਈ ਇੰਨਾ ਹੀ, ਧੰਨਵਾਦ।